ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਾਹਿਬ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ 'ਤੇ ਨਜ਼ਰ, ਅਤੇ ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਲ ਸਿਟੀ ਤੋਂ, ਬਚੇਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਸੀਨੀਅਰਸ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ ਤੋਂ, ਅਤੇ ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਜਿਹੜਾ ਜੀ ਤੁਸੀਂ ਨਵੇਂ ਪੁਰਾਣੇ ਟਾਇਰ ਤੁਸੀਂ ਖਰੀਦ ਸਕਦੇ ਹੋ। ਇਹਨਾਂ ਦੀਆਂ ਦੋ ਲੋਕੇਸ਼ਨਸ ਨੇ, ਸੈਂਟਾਨੈਲਾ ਅਤੇ ਮਡੇਰਾ ਦੇ ਵਿੱਚ। ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ ਨਿੰਮਾ ਸਹੋਤਾ ਉਹਨਾਂ ਨੂੰ 209-200-1013 209-277-1013 ਦੇ ਉੱਤੇ। ਮਿੰਟੂ ਜੀ ਆਓ ਆਪਾਂ ਹੁਣ ਖਬਰਾਂ ਦੇ ਉੱਤੇ ਨਜ਼ਰ ਬਣਾਉਣ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਦੱਖਣ ਦੇ ਇੱਕ ਗਵਰਨਰ ਦੇ ਉੱਤੇ ਲੱਗੇ ਨੇ ਬੜੇ ਗੰਭੀਰ ਦੋਸ਼। ਦੇਖੋ ਇਹਦਾ ਨਾਂ ਤੇ ਹਾਲ ਦੀ ਘੜੀ ਸਾਹਮਣੇ ਨਹੀਂ ਆ ਰਿਹਾ ਕਿਉਂਕਿ ਮਸਲਾ ਬੜਾ ਸੈਂਸਿਟਿਵ ਆ, ਇਸ ਕਰਕੇ ਨਾਂ ਜਿਹੜਾ ਡਿਸਕਲੋਜ਼ ਨਹੀਂ ਕੀਤਾ ਜਾ ਰਿਹਾ ਰਿਪੋਰਟਾਂ ਚ। ਜਿਹੜੇ ਮੀਡੀਆ ਹਵਾਲੇ ਆਉਂਦੇ ਪਏ ਆ, ਦਾ ਟਾਈਮਸ ਆਫ ਇੰਡੀਆ ਨੇ ਇੱਕ ਰਿਪੋਰਟ ਛਾਪੀ ਸੀ, ਉਹਨਾਂ ਨੇ ਵੀ ਨਾਂ ਨਹੀਂ ਛਾਪਿਆ, ਪਰ ਇੰਨਾ ਜ਼ਰੂਰ ਆ ਰਿਹਾ ਕਿ ਸਾਊਥ ਦਾ ਰਾਜਪਾਲ, ਔਰ ਇਸ ਰਾਜਪਾਲ ਤੇ ਦੱਸਦੇ ਆ ਕਿ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਆ, ਔਰ ਰਾਜ ਭਵਨ ਦੇ ਵਿੱਚ ਹੀ ਕੋਈ ਬੀਬੀ ਸੀ ਕੰਮ ਕਰਦੀ, ਉਹਦੇ ਨਾਲ ਹੀ ਇਸ ਬੰਦੇ ਨੇ ਕੋਈ ਹਰਕਤ ਕੀਤੀ ਆ, ਜਿਸ ਤੋਂ ਬਾਅਦ ਇੱਥੇ ਇਲਜ਼ਾਮ ਜਿੰਨੇ ਵੀ ਇਲਜ਼ਾਮਾਤ ਆ ਉਹਨਾਂ ਦੀ ਹੁਣ ਤਫਤੀਸ਼ ਚੱਲਦੀ ਪਈ ਆ, ਤਹਿਕੀਕਾਤ ਕਰੀ ਜਾਂਦੇ ਆ, ਦੱਸਦੇ ਆ ਕਿ ਜਾਂਚ ਪੜਤਾਲ ਜਿਹੜੀ ਆ ਕੇਂਦਰ ਸਰਕਾਰ ਨੇ ਬੜੀ ਗੰਭੀਰਤਾ ਨਾਲ ਕਰਾਈ ਆ, ਤੇ ਆਉਣ ਵਾਲੇ ਦਿਨਾਂ ਚ ਮੀਡੀਆ ਰਿਪੋਰਟਾਂ ਕਹਿੰਦੀਆਂ ਕਿ ਹੋ ਸਕਦਾ ਇਹਦਾ ਅਸਤੀਫਾ ਲੈ ਲਿਆ ਜਾਵੇ, ਕਿਆਫੀ ਲਾਇਆ ਜਾ ਰਿਹਾ। ਹਾਲਾਂਕਿ ਨਾਂ ਇਹਦਾ ਸਾਹਮਣੇ ਨਹੀਂ ਆ ਰਿਹਾ ਕਿਹੜਾ ਗਵਰਨਰ ਹੈ, ਪਰ ਦੱਖਣ ਦਾ ਇਹ ਜ਼ਰੂਰ ਸਾਫ਼ ਹੋ ਗਿਆ ਕਿ ਦੱਖਣੀ ਰਾਜ ਦਾ ਹੀ ਗਵਰਨਰ ਹੈ। ਉਹਦਾ ਦੱਖਣ ਦੇ ਵਿੱਚ ਬਹੁਤੀਆਂ ਸਰਕਾਰਾਂ ਜਿਹੜੀਆਂ ਉਹ ਭਾਰਤੀ ਜਨਤਾ ਪਾਰਟੀ ਦੇ ਪਾਸੇ ਵਾਲਿਆਂ ਦੀਆਂ, ਤਾਂ ਜੇ ਸਰਕਾਰ ਪਾਸੇ ਦੀ ਹੋਵੇ ਤੇ ਫਿਰ ਇਹ ਗਵਰਨਰ ਆਪਣਾ ਵੀ ਲਾ ਲੈਂਦੇ ਆ, ਕਈ ਵਾਰ ਦੂਸਰਾ ਗਵਰਨਰ ਵੀ ਚੱਲਦਾ, ਪਰ ਬਹੁਤਾ ਗਵਰਨਰ ਇਹਨਾਂ ਦਾ ਆਪਣਾ ਹੀ ਹੁੰਦਾ, ਜਿਹੜਾ ਕੇਂਦਰ ਚਾਹੁੰਦਾ ਉਹੀ ਗਵਰਨਰ ਜਾ ਕੇ ਲੱਗਦਾ ਸਟੇਟਾਂ ਚ, ਸਰਕਾਰ ਚਾਹੇ ਕਿਸੇ ਦੀ ਵੀ ਹੋਵੇ। ਬਹਰਹਾਲ ਹੁਣ ਅੰਦਾਜ਼ਾ ਕਿਆਫਾ ਜਿਹੜਾ ਉਹ ਤੇ ਲਾਇਆ ਜਾ ਸਕਦਾ, ਪਰ ਪੱਕਾ ਕੁਛ ਨੀ ਕਿਹਾ ਜਾ ਸਕਦਾ ਕਿ ਉਹਦਾ ਨਾਮ ਕੀ ਆ, ਪਰ ਆਉਣ ਵਾਲੇ ਦਿਨਾਂ ਚ ਦੱਸਦੇ ਆ ਕਿ ਇਹਦੇ ਨਾਂ ਦਾ ਪਟਾਕਾ ਪੈ ਜਾਣਾ, ਬਹੁਤ ਜਲਦੀ ਹੋ ਸਕਦਾ ਇਹਦੇ ਤੋਂ ਅਸਤੀਫਾ ਲੈ ਲਿਆ ਜਾਵੇ। ਉਹਦਾ ਮੈਨੂੰ ਯਾਦ ਆ ਇਹ ਆ ਥੋੜੇ ਜਿਹੇ ਮਹੀਨਿਆਂ ਦੇ ਅੰਦਰ ਅੰਦਰ ਇੰਡੀਆ ਦੇ ਵਿੱਚ ਦੂਸਰਾ ਮਾਮਲਾ ਹੈ, ਔਰ ਪਹਿਲਾ ਮਾਮਲਾ ਮੇਘਾਲਿਆ ਤੋਂ ਆਇਆ ਸੀਗਾ ਸਾਡੇ ਸਾਹਮਣੇ, ਔਰ ਕਿਹੜਾ ਸ਼ਰਮਨਾਕ ਮਾਮਲਾ ਸੀਗਾ ਕਿ ਉੱਥੇ ਜਿਹੜਾ ਰਾਜਪਾਲ ਸੀਗਾ ਵੀ ਪਸ਼ੂ ਨਾਮ ਆਥਨ ਇਸ ਤਰ੍ਹਾਂ ਦਾ ਨਾਮ ਸੀਗਾ ਉਹਦਾ, ਤਾਂ ਉਸ ਗਵਰਨਰ ਨੇ ਉੱਥੇ ਅੰਦਰ ਹੀ ਰਾਜਭਵਨ ਦੇ ਅੰਦਰ ਹੀ ਲੇਡੀਜ਼ ਕਲੱਬ ਬਣਾ ਦਿੱਤਾ ਸੀਗਾ। ਲੇਡੀਜ਼ ਕਲੱਬ ਮਤਲਬ ਕਿ ਜਿਹੜੇ ਮਰਦਾਨਾ ਡਿਊਟੀ ਦੇਣ ਵਾਲੇ ਸੀਗੇ ਉਹਨਾਂ ਨੂੰ ਬਿਲਕੁਲ ਪਾਸੇ ਕਰ ਦਿੱਤਾ ਸੀਗਾ, ਔਰ ਆਪਣੇ ਆਲੇ ਦੁਆਲੇ ਜਿਵੇਂ ਰਾਜੇ ਮਹਾਰਾਜੇ ਜਨਾਨੀਆਂ ਰੱਖਿਆ ਕਰਦੇ ਸੀਗੇ, ਇਸ ਤਰ੍ਹਾਂ ਦਾ ਉਹਨੇ ਪ੍ਰਬੰਧ ਕਰ ਦਿੱਤਾ ਸੀ ਆਪਣੇ ਪੱਧਰ ਤੇ। ਉਹ ਵੀ ਬੜੀ ਫਿਰ ਜਲੀਲਤਾ ਦੇ ਨਾਲ ਕੱਢਿਆ ਗਿਆ ਸੀਗਾ ਰਾਜ ਭਵਨ ਦੇ ਵਿੱਚੋਂ, ਤਾਂ ਮੈਨੂੰ ਲੱਗਦਾ ਕਿ ਐਸੀ ਉਹ ਹੀ ਜਲੀਲਤਾ ਇਹਦੇ ਪੱਲੇ ਵੀ ਪਊਗੀ ਆਉਣ ਵਾਲੇ ਦਿਨਾਂ ਤੱਕ। ਦੱਸਦੇ ਆ ਕਿ ਬਹੁਤ ਜਲਦੀ ਜਲਦੀ ਜਿਹੜੀ ਜਾਂਚ ਪੜਤਾਲ ਆ ਇਹ ਮੁਕੰਮਲ ਹੋ ਜਾਏਗੀ, ਤਾਂ ਫਿਰ ਇਹਦਾ ਸਾਰਾ ਖੁਲਾਸਾ ਜਿਹੜਾ ਹੋ ਜਾਏਗਾ। ਜੀ 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 ਕਹਿੰਦੇ ਉਧਰ ਟਾਈਟਲਰ ਨੇ ਅਕਾਲੀਆਂ ਨੂੰ ਭੇਜਿਆ ਲੀਗਲ ਨੋਟਿਸ। ਟਾਈਟਲਰ ਦਾ ਟਾਈਟਲ ਜਿਹੜਾ ਉਹ ਮੁੱਕਦਾ ਨੀ ਜਾਪਦਾ, ਇਹ ਅਖਬਾਰਾਂ ਦੇ ਵਿੱਚ ਆ ਹੀ ਜਾਂਦਾ ਇਹਦਾ ਕਿਸੇ ਨਾ ਕਿਸੇ ਬਹਾਨੇ। ਹੁਣ ਇਹਨਾਂ ਆਡਾ ਜਿਹੜਾ ਲੱਗਾ ਇਹਨਾਂ ਦਾ ਅਕਾਲੀਆਂ ਦਾ ਤੇ ਟਾਈਟਲਰ ਦਾ, ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਚ ਇਹ ਆਡਾ ਵਾਵਾ ਗਾਂ ਤੱਕ ਜਾਊਗਾ। ਤੁਹਾਨੂੰ ਯਾਦ ਹੋਣਾ ਥੋੜੇ ਦਿਨ ਪਹਿਲਾਂ ਇੱਕ ਸਟਿੰਗ ਆਪਰੇਸ਼ਨ ਜਿਹੜਾ ਸੀਗਾ ਉਹ ਲੀਕ ਹੋਇਆ, ਵਾਇਰਲ ਹੋਇਆ, ਉਸ ਤੋਂ ਬਾਅਦ ਫਿਰ ਮਨਜੀਤ ਸਿੰਘ ਜੀਕੇ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਔਰ ਬਕਾਇਦਾ ਉਹ ਸਟਿੰਗ ਆਪਰੇਸ਼ਨ ਸੀ ਜਿਹੜਾ ਉਹ ਪ੍ਰੈਸ ਕਾਨਫਰੰਸ ਚ ਦਿਖਾਇਆ ਸੀਗਾ।
ਇੱਕ ਟੈਲੀਵਿਜ਼ਨ ਚੈਨਲ ਜਿਹੜਾ ਕਿ ਅਕਾਲੀਆਂ ਦਾ ਤੁਹਾਨੂੰ ਪਤਾ ਹੀ ਹੈ, ਖਾਸਮ ਖਾਸ ਚੈਨਲ ਹੈ, ਉਹਨੇ ਤੇ ਲਾਈਵ ਹੀ ਕਰ ਦਿੱਤਾ ਸੀਗਾ ਨਾ, ਉੱਥੇ ਪ੍ਰੈਸ ਕਾਨਫਰੰਸ ਤੋਂ ਹੀ ਸਿੱਧਾ ਚੱਲਾ ਪਿਆ ਸੀਗਾ ਸਟਿੰਗ ਆਪਰੇਸ਼ਨ। ਸੋ ਉਹ ਸਾਰਾ ਕੁਛ ਸੀਗਾ ਜਿਹੜਾ ਉਹ ਉਦੋਂ ਜਾਪਦਾ ਸੀਗਾ ਕਿ ਜਗਦੀਸ਼ ਟਾਈਟਲਰ ਇਸ ਮਾਮਲੇ ਨੂੰ ਅੱਗੇ ਲੈ ਕੇ ਜਾਊਗਾ, ਕਿਉਂਕਿ ਉਹਨੇ ਕਹਿਤਾ ਸੀਗਾ ਕਿ ਜਾਂ ਤੇ ਮਾਫ਼ੀ ਮੰਗਣ ਤੇ ਜਾਂ ਫਿਰ ਮੈਂ ਇਹਨਾਂ ਤੇ ਕਾਰਵਾਈ ਕਰੂੰਗਾ। ਮਾਫ਼ੀ ਮੰਗ ਨਹੀਂ ਸਕਦੇ ਤੁਹਾਨੂੰ ਪਤਾ ਹੀ ਹੈ। ਤਾਂ ਫਿਰ ਇੱਕੋ ਇੱਕ ਰਸਤਾ ਬਚਦਾ ਸੀਗਾ ਟਾਈਟਲਰ ਨੇ ਜੋ ਕਿਹਾ ਕਿ ਮੈਂ ਇਹਨਾਂ ਤੇ ਕਾਰਵਾਈ ਕਰੂੰਗਾ, ਉਹ ਕਾਰਵਾਈ ਕਰੇ। ਫਿਰ ਉਹਨੇ ਅੱਜ ਇਹਨਾਂ ਨੂੰ ਲੀਗਲ ਨੋਟਿਸ ਭੇਜ ਦਿੱਤਾ। ਜਿਹਨਾਂ ਨੂੰ ਲੀਗਲ ਨੋਟਿਸ ਭੇਜਿਆ ਗਿਆ ਉਹਦੇ ਵਿੱਚ ਇੱਕ ਤਾਂ ਬੀਬਾ ਹਰਸਿਮਰਤ ਕੌਰ ਬਾਦਲ ਆ, ਇੱਕ ਨਰੇਸ਼ ਗੁਜਰਾਲ, ਇੱਕ ਸੁਖਦੇਵ ਸਿੰਘ ਢੀਂਡਸਾ, ਮਨਜੀਤ ਸਿੰਘ ਜੀ ਕਿਤੇ ਹੋਣਾ ਹੀ ਆ, ਇਹਦੇ ਬਾਰੇ ਤੇ ਆਪਾਂ ਨੂੰ ਕੋਈ ਸ਼ੱਕ ਸੁਭਾਅ ਹੋਣਾ ਨਹੀਂ ਚਾਹੀਦਾ। ਇਹ ਤੋਂ ਇਲਾਵਾ ਹੋਰ ਵੀ ਕੁਛ ਇੱਕ ਦੋ ਮੈਂਬਰ ਪਾਰਲੀਮੈਂਟ ਆ, ਇਹ ਉਹ ਮੈਂਬਰ ਪਾਰਲੀਮੈਂਟ ਆ ਜ਼ਿਆਦਾਤਰ ਜਿਹੜੇ ਕਿ ਰਾਜਨਾਥ ਸਿੰਘ ਨੂੰ ਮਿਲੇ ਸੀਗੇ। ਔਰ ਸੁਖਦੇਵ ਸਿੰਘ ਢੀਂਡਸਾ ਬਾਰੇ ਤਾਂ ਤੁਹਾਨੂੰ ਯਾਦ ਹੋਣਾ ਕਿ ਸੁਖਦੇਵ ਸਿੰਘ ਢੀਂਡਸਾ ਨੇ ਇਹ ਜਿਹੜੀ ਵੀਡੀਓ ਕਲਿੱਪ ਸੀਗੀ ਸਟਿੰਗ ਆਪਰੇਸ਼ਨ ਵਾਲੀ, ਇਹ ਪਾਰਲੀਮੈਂਟ ਦੇ ਵਿੱਚ ਵੀ ਪੇਸ਼ ਕਰ ਦਿੱਤੀ ਸੀਗੀ, ਰਿਕਾਰਡ ਤੇ ਚਲੇ ਗਈ ਸੀਗੀ। ਹੁਣ ਜਦੋਂ ਪਾਰਲੀਮੈਂਟ ਦੇ ਰਿਕਾਰਡ ਤੇ ਚਲੇ ਗਈ ਸੀਗੀ, ਸੁਖਦੇਵ ਸਿੰਘ ਢੀਂਡਸਾ ਦਾ ਵੀ ਨਾ ਆਉਣਾ। ਹੁਣ ਦੂਜਿਆਂ ਨੂੰ ਜਿਹੜੇ ਰਾਜਨਾਥ ਸਿੰਘ ਨੂੰ ਮਿਲੇ ਸੀ ਉਹਨਾਂ ਨੂੰ ਲੀਗਲ ਨੋਟਿਸ ਇਸ ਕਰਕੇ ਭੇਜਿਆ ਗਿਆ, ਕਹਿੰਦਾ ਕਿ ਜੀ ਇਹਨਾਂ ਨੇ ਗੁੰਮਰਾਹਕੁਨ ਤੱਤ ਪੇਸ਼ ਕਰਕੇ ਮੇਰੇ ਅਕਸ ਨੂੰ ਖਰਾਬ ਕੀਤਾ, ਔਰ ਨਾਲ ਹੀ ਜਿਹੜਾ ਦੇਸ਼ ਦਾ ਹੋਮ ਮਿਨਿਸਟਰ ਹੈ ਉਹਨੂੰ ਇਹਨਾਂ ਨੇ ਮਿਸਲੀਡ ਕੀਤਾ। ਸੋ ਇਸ ਤਰੀਕੇ ਦੇ ਇਹਨੇ ਵਿੱਚ ਆਪਣੇ ਨੁਕਤੇ ਨਿਗਾਹ ਰੱਖੇ ਆ, ਇਸ ਤਰ੍ਹਾਂ ਦੇ ਇਹਨੇ ਲੀਗਲ ਨੋਟਸ ਦੇ ਵਿੱਚ ਆਧਾਰ ਬਣਾਏ ਆ। ਜੋ ਹੁਣ ਇਹਨੇ ਲੀਗਲ ਨੋਟਸ ਭੇਜੇ ਆ ਉਹਦਾ ਜਵਾਬ ਦੇਣਾ ਅਕਾਲੀਆਂ ਨੇ, ਪਰ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਸ਼ਾਇਦ ਜਵਾਬ ਦੇਣਾ ਨਹੀਂ ਆ, ਕਿਉਂਕਿ ਮਨਜੀਤ ਸਿੰਘ ਜੀ ਕੇ ਨੇ ਪਹਿਲਾਂ ਹੀ ਆਖ ਦਿੱਤਾ ਸੀਗਾ ਕਿ ਕੇਸ ਕਰੇ ਫਿਰ ਅਸੀਂ ਇਹਨੂੰ ਵੇਖਾਂਗੇ। ਔਰ ਮੇਰੇ ਖਿਆਲ ਦੇ ਨਾਲ ਹੁਣ ਅਕਾਲੀਆਂ ਨੂੰ ਵੇਖ ਲੈਣਾ ਚਾਹੀਦਾ ਜਿਹੜਾ ਕੁਛ ਉੱਥੇ ਵੇਖਣਾ, ਇਹ ਨਹੀਂ ਹੈ ਕਿ ਉੱਥੇ ਲੀੜੇ ਲਾ ਕੇ ਘੁਲ ਲੱਗ ਪੈਣ ਉਹਦੇ ਨਾਲ, ਕਿਉਂਕਿ ਦੇਖੋ ਸਟਿੰਗ ਦਾ ਰੌਲਾ ਹੈ ਨਾ, ਸਟਿੰਗ ਅਸਲੀ ਹੈ ਜਾਂ ਫਰਜ਼ੀ ਆ। ਤਾਂ ਮੇਰੇ ਖਿਆਲ ਦੇ ਨਾਲ ਜੇ ਅਦਾਲਤ ਚ ਮਸਲਾ ਚਲੇ ਗਿਆ ਤੇ ਉੱਥੇ ਆਪੇ ਨਿਬੜ ਜਾਣਾ। ਵੈਸੇ ਇਸ ਦੇਸ਼ ਦੀ ਇਹ ਬਦਕਿਸਮਤੀ ਆ ਕਿ ਕਤਲੇਆਮ ਦੇ ਮਾਮਲਿਆਂ ਚ ਇਹ ਦੇਸ਼ ਇੱਕ ਵੱਖਰਾ ਹੀ ਰੁੱਖ, ਜਿੱਦਾਂ ਸਟਿੰਗ ਆਪਰੇਸ਼ਨ ਸਾਹਮਣੇ ਆਇਆ ਸੀਗਾ, ਚਾਹੇ ਉਹ ਝੂਠਾ ਸੀਗਾ ਚਾਹੇ ਸੱਚਾ ਸੀ, ਹੁਣ ਤੱਕ ਉਹ ਪ੍ਰਮਾਣਿਤ ਕਰ ਲੈਣਾ ਚਾਹੀਦਾ ਸੀਗਾ, ਇੰਨੇ ਦਿਨ ਹੋ ਗਏ ਆ, ਜਾਂ ਪ੍ਰਮਾਣਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦੇਣੀ ਚਾਹੀਦੀ ਸੀ। ਪਾਰਲੀਮੈਂਟ ਦੇ ਰਿਕਾਰਡ ਤੱਕ ਪਹੁੰਚ ਗਿਆ, ਪੁਲਿਸ ਥਾਣਿਆਂ ਦੀਆਂ ਫਾਈਲਾਂ ਤੱਕ ਪਹੁੰਚ ਗਿਆ, ਹੋਮ ਮਿਨਿਸਟਰ ਤੱਕ ਪਹੁੰਚ ਗਿਆ, ਪਰ ਹਾਲੇ ਤੱਕ ਉਹ ਸਟਿੰਗ ਆਪਰੇਸ਼ਨ ਨੂੰ ਪ੍ਰਮਾਣਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋਈ। ਇਹ ਬਦਕਿਸਮਤੀ ਹੈ। ਖੈਰ ਹੁਣ ਜਦੋਂ ਮਾਮਲਾ ਅਦਾਲਤ ਚ ਚਲੇ ਗਿਆ ਤਾਂ ਇਹਨਾਂ ਕੋਲ ਮੌਕਾ, ਅਕਾਲੀਆਂ ਕੋਲ ਇਹ ਚੀਜ਼ ਨੂੰ ਸਾਬਤ ਕਰ ਦੇਣ ਉੱਥੇ, ਜੇ ਉੱਥੇ ਸਾਬਤ ਕਰ ਦਿੰਦੇ ਕੋਰਟ ਦੇ ਵਿੱਚ ਕਿ ਇਹ ਸਟਿੰਗ ਜਿਹੜਾ ਹੋਇਆ ਵਾ ਇਹ ਫਰਜ਼ੀ ਨਹੀਂ ਅਸਲੀ ਹੈ, ਤੇ ਫਿਰ ਤੇ ਮੇਰੇ ਖਿਆਲ ਦੇ ਨਾਲ ਕਹਾਣੀ ਆਪਣੇ ਆਪ ਹੀ ਸਾਫ਼ ਹੋ ਜਾਣੀ ਹੈ। ਸੋ ਇਹਨਾਂ ਨੂੰ ਸਭ ਮੌਕਾ ਮਿਲ ਗਿਆ, ਹੁਣ ਇਹ ਲੀਗਲ ਨੋਟਿਸ ਦਾ ਜਵਾਬ ਦਿੰਦੇ ਆ ਜਾਂ ਉੱਥੇ ਕਾਨੂੰਨੀ ਲੜਾਈ ਲੜਦੇ ਆ ਉਹ ਤੇ ਇਹਨਾਂ ਦੇ ਹੱਥ ਆ। ਪਰ ਜਗਦੀਸ਼ ਟਾਈਟਲਰ ਨੇ ਇੱਕ ਦਫ਼ਾ ਫਿਰ ਜਿਵੇਂ ਉਹਦੀ ਫਿਤਰਤ ਆ, ਜਿਵੇਂ ਨਾਲੇ ਚੋਰ ਨਾਲੇ ਚਤਰਾਈਆਂ, ਤਾਂ ਇੱਕ ਦਫ਼ਾ ਫਿਰ ਉਸ ਬੰਦੇ ਨੇ ਉਹਨਾਂ ਬੰਦਿਆਂ ਤੇ ਦਬਾਅ ਬਣਾਉਣਾ ਸ਼ੁਰੂ ਕੀਤਾ ਜੋ ਅੱਜ ਦੀ ਘੜੀ ਬੋਲਦੇ ਆ। ਦੇਖੋ ਮਨਜੀਤ ਸਿੰਘ ਜੀ ਕੇ ਹੋਰੀ ਜਾਂ ਅਕਾਲੀ ਜਿੱਦਾਂ ਮਰਜ਼ੀ ਕਰਦੇ ਹੋਣ, ਜੋ ਮਰਜ਼ੀ ਇਹਨਾਂ ਦੀ ਮਨਸ਼ਾ ਭਾਵਨਾ ਹੋਵੇ, ਕਿਉਂਕਿ ਬੰਦੇ ਦੇ ਸੀਨੇ 'ਚ ਜਿਹੜਾ ਦਿਲ ਧੜਕਦਾ ਉਹਦੇ ਅੰਦਰ ਕੀ ਆ, ਉਹਦੀ ਖੋਪੜੀ 'ਚ ਕੀ ਚੱਲਦਾ ਕਿਸੇ ਨੂੰ ਕੋਈ ਪਤਾ ਨਹੀਂ ਹੈ। ਪਰ ਜਿਹੜੇ ਇਸ ਮਾਮਲੇ ਦੇ ਵਿੱਚ ਜੀ ਕੇ ਹੋਰੀ ਸਟੈਂਡ ਲੈ ਰਹੇ ਆ, ਉੱਥੇ ਦਿੱਲੀ ਦੇ ਵਿੱਚ ਜਿੰਨਾ ਕੁਛ ਕਰਦੇ ਪਏ ਉਹਨਾਂ ਨੂੰ ਠੀਕਿਆ ਜਾ ਸਕਦਾ। ਸੋ ਲੱਗਦਾ ਇਹੋ ਹੀ ਆ ਕਿ ਦਿੱਲੀ ਦੇ ਵਿੱਚ ਜਿਹੜੇ ਬੰਦੇ ਬੋਲਦੇ ਪਏ ਆ, ਜਿੱਦਾਂ ਫੂਲਕਾ ਸਾਹਿਬ ਜੀ ਕੇ, ਇਹ ਪੰਜ ਸੱਤ ਬੰਦੇ ਜਿਹੜੇ ਬਹੁਤ ਖੁੱਲ ਕੇ ਇਸ ਲੜਾਈ ਨੂੰ ਲੜਦੇ ਆ, ਤਾਂ ਕਿਤੇ ਨਾ ਕਿਤੇ ਜਿਵੇਂ ਅੱਗੇ ਫੂਲਕਾ ਤੇ ਇਹਨੇ ਦਬਾਅ ਬਣਾਉਣ ਦਾ ਯਤਨ ਕੀਤਾ ਸੀਗਾ, ਤੁਹਾਨੂੰ ਯਾਦ ਹੋਣਾ ਜਿਸ ਤਰ੍ਹਾਂ ਡਿਬੇਟ ਦੇ ਵਿੱਚ ਇਹ ਉਲਝ ਪਏ ਸੀ ਤਕਰੀਬਨ, ਤਾਂ ਉਹੀ ਮੈਨੂੰ ਲੱਗਦਾ ਕਿ ਉਸ ਬੰਦੇ ਦੀ ਪੈਂਤੜੇਬਾਜ਼ੀ ਆ ਕਿ ਇਹਨਾਂ ਬੰਦਿਆਂ ਤੇ ਦਬਾਅ ਬਣਾਇਆ ਜਾਏ ਤਾਂ ਕਿ ਅੱਗੇ ਤੋਂ ਇਹ ਸੰਕੋਚ ਕੇ ਬੋਲਣ। ਹੁਣ ਇਹ ਸੋਚ ਕੇ ਬੋਲਦੇ, ਸੰਕੋਚ ਕੇ ਬੋਲਦੇ ਆ ਜਾਂ ਫਰਾਕ ਦਿਲੀ ਨਾਲ ਬੋਲਦੇ ਆ, ਇਹ ਤੇ ਇਹਨਾਂ ਨੇ ਤੈਅ ਕਰਨਾ। ਬਹਰਹਾਲ ਜਗਦੀਸ਼ ਟਾਈਟਲਰ ਬੈਕਫੁੱਟ ਤੇ ਜਿਵੇਂ ਸਮਝਿਆ ਜਾਂਦਾ ਸੀ ਤਾਂ ਚੱਲਿਆ ਜਾਊਗਾ, ਹਲਦੀ ਕੜੀ ਜਾਂਦਾ ਨਹੀਂ ਜਾਪਦਾ, ਪਰ ਜੇ ਕੋਰਟ ਦੇ ਵਿੱਚ ਇਹ ਕੁਛ ਸਾਬਤ ਕਰ ਦਿੰਦੇ ਆ ਫਿਰ ਮੇਰੇ ਗੱਲ ਦੇ ਨਾਲ ਬਾਜੀ ਜਿਹੜੀ ਆ ਉਹ ਪਲ ਜਾਏਗੀ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਆਪਣੇ ਕਹਿੰਦੇ ਕੈਪਟਨ ਆਪਣੇ ਜਵਾਈ ਦੇ ਹੱਕ ਦੇ ਵਿੱਚ ਹੁਣ ਸਫਾਈ ਦਿੱਤੀ ਆ। ਦੇਖੋ ਸਫਾਈਆਂ ਹੀ ਆਉਣੀਆਂ ਨੇ,
ਹੋਰ ਕੀ ਆਉਣਾ ਇੱਥੇ, ਖਾਤੇ ਸਾਫ ਕਰੀ ਜਾਂਦੇ ਆ ਬੈਂਕਾਂ ਦੇ ਵੱਡੇ ਲੋਕ, ਜੀ ਚਾਹੇ ਕੈਪਟਨ ਦਾ ਜਵਾਈ ਹੋਵੇ, ਚਾਹੇ ਕੋਈ ਕਿਸੇ ਦਾ ਭਾਈ ਹੋਵੇ, ਚਾਹੇ ਕਿਸੇ ਦਾ ਕੋਈ ਹੋਰ ਚੋਰ ਸਿਪਾਹੀ ਵਾਲਾ ਰਿਸ਼ਤਾ ਹੋਵੇ, ਸਭ ਖਾਤੇ ਸਾਫ ਕਰੀ ਜਾਂਦੇ ਆ। ਸਾਰਾ ਮੁੱਦਾ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਇੱਥੇ ਪੰਜਾਬ ਦੇ ਵਿੱਚ ਇਸ ਸਮੇਂ ਸਿਆਸੀ ਭੂਚਾਲ ਆਇਆ ਹੋਇਆ। ਯੂਪੀ ਦੇ ਵਿੱਚ ਇੱਕ ਸ਼ੂਗਰ ਮਿਲ ਸੀਗੀ ਜਿਹਦੇ ਵਿੱਚ ਇਹ ਕੈਪਟਨ ਅਮਰਿੰਦਰ ਸਿੰਘ ਦਾ ਜਵਾਈ ਜਿਹੜਾ ਗੁਰਪਾਲ ਸਿੰਘ, ਉਹ ਵੀ ਹਿੱਸੇਦਾਰ ਸੀਗਾ। ਉਸ ਫਰਮ ਨੇ ਇੱਕ ਕਰਜ਼ਾ ਲਿਆ ਸੀਗਾ ਓਰੀਐਂਟਲ ਬੈਂਕ ਆਫ ਕਮਰਸ ਤੋਂ, ਉਹ ਕਰਜ਼ਾ ਲਿਆ, ਫਿਰ ਉਸ ਕਰਜ਼ੇ ਨੂੰ ਮੋੜਨ ਦੇ ਨਾਂ ਤੇ ਕਰਜ਼ਾ ਲਿਆ, ਔਰ ਜਿਹੜੇ ਮੰਤਵ ਲਈ ਕਰਜ਼ਾ ਲਿਆ ਸੀਗਾ ਉਹ ਮੰਤਵ ਜਿਹੜਾ ਸੀ ਉਹ ਇਹਨਾਂ ਨੇ ਪੂਰਾ ਨਹੀਂ ਕੀਤਾ, ਬਲਕਿ ਆਪਣੇ ਢਿੱਡ ਦਾ ਮੰਤਵ ਪੂਰਾ ਕਰ ਲਿਆ। ਇਹ ਮਾਜਰਾ ਸੀ, ਇਹ ਮਸਲਾ ਸੀਗਾ। ਪਹਿਲਾਂ ਤੇ ਉਹ ਐਨਪੀਏ ਹੋਇਆ, ਨਾਨ ਪਰਫੋਰਮਿੰਗ ਐਸੈਟ ਜਿਹਨੂੰ ਆਪਾਂ ਗੈਰ ਪੈਦਾਵਾਰੀ ਖਾਤੇ ਕਹਿੰਦੇ ਹਾਂ। ਫਿਰ ਬਾਅਦ ਦੇ ਵਿੱਚ ਇਹ ਮਸਲਾ ਜਿਹੜਾ ਉਹ ਬੈਂਕ ਨੇ ਆਰਬੀਆਈ ਕੋਲ ਭੇਜ ਦਿੱਤਾ ਕਿ ਠੱਗੀ ਠੋਰੀ ਦਾ ਮਾਮਲਾ। ਫਿਰ ਉਸ ਤੋਂ ਬਾਅਦ ਇਹ ਮਸਲਾ ਜਿਹੜਾ ਉਹ ਚਲੇ ਗਿਆ ਸੀਬੀਆਈ ਦੀ ਜਿਹੜੀ ਆਰਥਿਕ ਅਪਰਾਧ ਸ਼ਾਖਾ। ਤਾਂ ਇਹ ਫਿਰ ਜਦੋਂ ਸੀਬੀਆਈ ਕੋਲ ਮਸਲਾ ਚਲੇ ਗਿਆ, ਉਹਨਾਂ ਨੇ ਹੁਣ FIR ਲੌਜ ਕਰ ਲਈ ਆ। ਮੇਰੇ ਖਿਆਲ ਦੇ ਨਾਲ 8 ਜਣਿਆਂ ਦੇ ਖਿਲਾਫ ਉਹ FIR। ਹੁਣ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਤੀਕਿਰਿਆ ਆਈ ਹੈ, ਉਹ ਕਹਿੰਦਾ ਕਿ ਦੇਖੋ ਇਹਦੇ ਤੇ ਬਸ 12.5% ਸ਼ੇਅਰ ਸਨ ਵਿੱਚ ਕੰਪਨੀ ਦੇ, ਔਰ ਐਸੀ ਕੋਈ ਗੱਲਬਾਤ ਹੀ ਨਹੀਂ, ਇਹ ਤੇ ਲੈਣ ਦੇਣ ਦਾ ਮਸਲਾ, ਕੋਈ ਫਰੋਡ ਤੇ ਹੋਇਆ ਹੀ ਨਹੀਂਗਾ, ਇਹ ਇੱਕ ਲੈਣ ਦੇਣ ਦਾ ਮਸਲਾ ਔਰ ਅਦਾਲਤੀ ਪ੍ਰਕਿਰਿਆ ਦੇ ਵਿੱਚ ਇਹ ਮਸਲਾ। ਸੋ ਉਹ ਕਹਿੰਦੇ ਆ ਕਿ ਐਸਾ ਕੁਛ ਵੀ ਹੈ ਨੀ ਗਾ, ਐਵੇਂ ਗੁਮਰਾਹ ਕੰਮ ਪ੍ਰਚਾਰ ਕੀਤਾ ਜਾ ਰਿਹਾ। ਹੁਣ ਦੇਖੋ ਕਿੱਡੇ ਉਹ ਭੋਲੇ ਸ਼ਬਦ ਵਰਤੇ ਜਾਂਦੇ ਆ ਨਾ, ਕਿੱਡੇ ਸਾਦਗੀ ਵਾਲੇ ਸ਼ਬਦ ਵਰਤੇ ਜਾਂਦੇ, ਕਹਿੰਦੇ ਜੀ ਕਿ ਉਹਦਾ 12.5% ਸ਼ੇਅਰ ਆ, ਤੇ ਇਹਦਾ ਮਤਲਬ ਇਹ ਤੇ ਨੀ ਕਿ ਉਹਨੂੰ ਲਾਇਸੈਂਸ ਮਿਲ ਜਾਂਦਾ ਕਿ ਜੋ ਮਰਜ਼ੀ ਕਰੀ ਜਾਵੇ, ਕਿਸੇ ਦਰ ਤੇ ਹੈ ਨਾ ਫਰਮ ਦਾ। ਦੂਜੀ ਚੀਜ਼ ਕਹਿੰਦੇ ਆ ਕਿ ਲੈਣ ਦੇਣ ਦਾ ਚੱਕਰ ਆ, ਤੇ ਫਿਰ ਜਿਹੜੀ ਤੁਹਾਡੀ ਕਾਂਗਰਸ ਹੱਥਾਂ ਚ ਸਲੀਪਰ ਫੜ ਕੇ ਨੀਰਵ ਮੋਦੀ ਦੇ ਮਗਰ ਪਈ ਖਲੋਤੀ ਆ, ਉਹ ਵੀ ਤੇ ਲੈਣ ਦੇਣ ਦਾ ਹੀ ਮਸਲਾ ਹੈ ਨਾ। ਉਹ ਕਿਹੜਾ ਪਿਸਤੌਲ ਦੀ ਨੋਕ ਤੇ ਖੋ ਕੇ ਲੈ ਗਿਆ ਪੈਸੇ PNB ਤੋਂ, ਉਹ ਵੀ ਲੈਣ ਦੇਣ ਦਾ ਮਸਲਾ। ਉਹ ਵੀ ਕਹਿੰਦਾ ਕਹਿੰਦਾ ਜੇ ਤੁਸੀਂ ਮੇਰਾ ਭਾਂਡਾ ਨਾ ਭੰਨਦੇ ਮੈਂ ਮੋੜ ਦੇਣੇ ਸੀ ਪੈਸੇ। ਤੁਸੀਂ ਹੁਣ ਗੱਲ ਵੀ ਲੋਕਾਂ ਨੂੰ ਦੱਸ ਦਿੱਤੀ ਆ, ਮੇਰੀ ਗੱਲ ਵੀ ਧਮਾਤੀ ਆ, ਤੇ ਮੇਰੀ ਜਿਹੜੀ ਕਾਰੋਬਾਰ ਵਾਲੀ ਚੇਨ ਸੀ ਉਹ ਵੀ ਤੁਸੀਂ ਗਵਾਤੀ, ਹੁਣ ਮੈਂ ਕਿੱਥੋਂ ਪੈਸੇ ਦੇਵਾਂ। ਉਹ ਵੀ ਤੇ ਲੈਣ ਦੇਣ ਦਾ ਹੀ ਰੌਲਾ ਹੈ ਨਾ। ਸੋ ਇਹ ਲੈਣ ਦੇਣ ਦਾ ਚੰਗਾ ਰੌਲਾ, ਤੁਸੀਂ ਲੈਣ ਵੇਲੇ ਜਿਵੇਂ ਕਹਿੰਦੇ ਹੁੰਦੇ ਨਾ ਲੈਣ ਵੇਲੇ ਸ਼ਾਹ ਤੇ ਦੇਣ ਵੇਲੇ ਦਿਵਾਲੀਏ, ਲੈਣ ਵੇਲੇ ਤਾਂ ਤੁਸੀਂ ਠੀਕ ਆ, ਲੈਣ ਕਰ ਲੈਂਦੇ ਹੋ, ਦੇਣ ਨੀ ਨਾ ਕਰਦੇ। ਲੈਣ ਦੇਣ ਦਾ ਮਸਲਾ ਨਹੀਂ ਹੈ, ਲੈਣ ਲੈਣ ਜਾਣਦੇ ਹੋ ਤੁਸੀਂ, ਦੇਣ ਨਹੀਂ ਜਾਣਦੇ। ਔਰ ਦੂਜੀ ਚੀਜ਼ ਇਹ ਆ ਕਿ ਦੇਖੋ ਕਾਂਗਰਸ ਦੀ ਸਥਿਤੀ ਬੜੀ ਹੱਸ ਹੋਈ ਨਹੀਂ ਆ ਇਸ ਮਸਲੇ ਤੇ। ਉਹਨਾਂ ਨੇ ਨਾ ਫਟਾਫਟ ਇੱਕ ਟਵੀਟ ਕਰ ਦਿੱਤਾ, ਮੋਦੀ ਕੀ ਨਾਕ ਕੇ ਨੀਚੇ ਇੱਕ ਔਰ ਬੈਂਕ ਘੁਟਾਲਾ। ਜਦੋਂ ਪਤਾ ਲੱਗਿਆ ਨਾ ਕਿ ਇੱਥੇ ਸਾਡੇ ਬੰਦੇ ਦੇ ਜਵਾਈ ਦਾ ਘੁਟਾਲਾ, ਨਾਲ ਦੀ ਨਾਲ ਡਿਲੀਟ ਮਾਰ ਦਿੱਤਾ ਉਹਨਾਂ। ਏਦਾਂ ਦਾ ਕੁਛ ਬਣਦਾ ਪਿਆ। ਵੈਸੇ ਕੈਪਟਨ ਅਮਰਿੰਦਰ ਸਿੰਘ ਨੂੰ ਆਮ ਆਦਮੀ ਪਾਰਟੀ ਵਾਲੇ ਵੀ ਘੇਰਦੇ ਪਏ ਆ। ਸੁਖਪਾਲ ਸਿੰਘ ਖਹਿਰਾ ਨੇ ਅੱਜ ਕਾਫੀ ਪਤਾ ਬਿਆਨ ਦਿੱਤਾ, ਫਿਕਰਤ ਦੇ ਮੁਤਾਬਕ ਉਹਨੇ ਪਤਾ ਜਿਹਾ ਬਿਆਨ ਦਿੱਤਾ। ਦੂਜੇ ਪਾਸੇ ਲੋਕ ਇਨਸਾਫ਼ ਪਾਰਟੀ ਵਾਲੇ ਜਿਹੜੇ ਬੈਂਸ ਬੰਧੂ ਆ, ਉਹਨਾਂ ਚੋਂ ਸਿਮਰਨਜੀਤ ਸਿੰਘ ਬੈਂਸ ਨੇ ਆਖਿਆ, ਉਹਨੇ ਆਖਿਆ ਕਿ ਇਹ 100 ਕਰੋੜੀ ਘੁਟਾਲਾ ਨਹੀਂ ਹੈ, ਇਹ 1000 ਕਰੋੜੀ ਘੁਟਾਲਾ। ਮੈਨੂੰ ਪੱਕਾ ਪਤਾ ਕਹਿੰਦਾ ਕਿ ਮੈਂ ਇਹ ਮਸਲਾ ਜਿਹੜਾ ਉਹ ਸਾਡੀ ਜਿਹੜੀ ਸਟੇਟ ਅਸੈਂਬਲੀ ਆ ਉਹਦੇ ਚ ਚੁੱਕੂਗਾ। ਸੋ ਆਪਣੇ ਪੱਧਰ ਤੇ ਉਹਨਾਂ ਨੇ ਵੀ ਐਲਾਨ ਕਰ ਦਿੱਤਾ ਕਿ ਇਹ ਮਾਮਲਾ ਜਿਹੜਾ ਉਹ ਅਸੀਂ ਅੱਗੇ ਤੱਕ ਲੈ ਕੇ ਜਾਵਾਂਗੇ। ਉੱਦਾਂ ਅਕਾਲੀ ਦਲ ਇਸ ਮਾਮਲੇ ਚ ਬਿਲਕੁਲ ਸ਼ਾਂਤ ਚਿੱਤ ਬੈਠਾ, ਪਤਾ ਨੀ ਕਿਉਂ ਅਕਾਲੀ ਦਲ ਨੇ ਦੰਦ ਤੋਂ ਦੰਦ ਹੀ ਨਹੀਂ ਚੁੱਕਿਆ। ਸੁਖਬੀਰ ਸਿੰਘ ਬਾਦਲ ਨੂੰ ਉੱਥੇ ਫਿਰੋਜ਼ਪੁਰ ਦੇ ਵਿੱਚ ਪੱਤਰਕਾਰਾਂ ਨੇ ਪੁੱਛਿਆ ਕਿ ਇਹਦਾ ਕੰਮ ਹੋ ਗਿਆ, ਤੁਹਾਨੂੰ ਪਤਾ ਹੀ ਨਹੀਂ। ਉਹ ਮੈਂ ਖਬਰ ਦੀ ਪੜ੍ਹੀ ਸੀ, ਮੇਰੇ ਕੋਲ ਤੱਥ ਨਹੀਂ ਆਏ, ਮੈਨੂੰ ਤੱਥ ਆਉਣ ਦਿਓ, ਫਿਰ ਮੈਂ ਗੱਲ ਕਰੂੰਗਾ। ਸੋ ਇਹ ਗੱਲ ਕਹਿਣੀ, ਜਦੋਂ ਅਖਬਾਰਾਂ ਦੇ ਵਿੱਚ ਸਾਰੇ ਤੱਥ ਛੱਪ ਗਏ ਔਰ CBI ਨੇ ਪਰਚਾ ਦਰਜ ਕਰ ਦਿੱਤਾ, CBI ਤੱਥਾਂ ਤੋਂ ਬਗੈਰ ਹੀ ਪਰਚਾ ਦਰਜ ਕਰਦੀ ਫਿਰਦੀ ਆ, ਉਹ ਹਾਲੇ ਕਹਿੰਦੇ ਤੱਥ ਉਡੀਕਦੇ ਪਏ ਆ। ਤੱਥ ਹੁਣ ਪਤਾ ਨੀ ਕਿਹੜੇ ਰਕਸ਼ੇ ਤੇ ਲੱਦੇ ਆ, ਉੱਥੋਂ UP ਚੋਂ ਹੁਣ ਤੱਕ ਪਹੁੰਚੇ ਨੀ, ਬੱਚੇ ਬੱਚੇ ਨੂੰ ਸਾਰਾ ਕੁਛ ਪਤਾ ਲੱਗ ਗਿਆ, ਆ ਮਸਲਾ ਮਸਲਾ ਜੀ 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 ਚਲਾਕੀ ਵਾਲੀ ਚੁੱਪ ਜੀ ਵੱਟ ਲਈ ਆ। ਦੂਜੇ ਪਾਸੇ ਇਹ ਰੌਲਾ ਪਾ ਰਹੇ ਆ, ਜਬਰਦਸਤ ਰੌਲਾ ਪਾ ਰਹੇ ਆ ਆਮ ਆਦਮੀ ਪਾਰਟੀ ਵਾਲੇ, ਲੋਕ ਇਨਸਾਫ਼ ਪਾਰਟੀ ਵਾਲੇ। ਪਰ ਦੇਖੋ ਕੈਪਟਨ ਅਮਰਿੰਦਰ ਸਿੰਘ ਦੀ ਸਫਾਈ ਆ ਜਿਹੜੀ, ਉਹ ਇੱਕ ਰਸਮ ਵੀ ਹੈ ਨਾ, ਇੱਕ ਰਸਮੀ ਸਫਾਈ ਤੇ ਆਉਣੀ ਸੀ ਜੀ। ਜਿਵੇਂ ਕਹਿੰਦੇ ਨਾ ਕਿ ਜਿੱਥੇ ਮੁੱਲਾਂ ਦੀ ਮਸੀਤ ਉੱਥੇ ਮੁੰਡਿਆਂ ਦੀ ਖੇਡ, ਇਹ ਜਿੱਥੇ ਇਸ ਤਰ੍ਹਾਂ ਦਾ ਘੁਟਾਲਾ ਘਪਲਾ ਹੋ ਜਾਵੇ
ਤੇ ਓਹਦੀ ਤੰਦ ਜਿਹੜੀ ਆ ਕਿਸੇ ਹਾਕਮ ਨਾਲ ਜਾ ਜੋੜੇ ਤੇ ਫਿਰ ਓਹਨੇ ਕਹਿਣਾ ਹੀ ਆ ਸਫਾਈ ਤਾਂ ਦੇਣੀ ਆ। ਪਰ ਇਹ ਮਸਲਾ ਸਫਾਈ ਦਾ ਨਹੀਂ, ਅਸਲ ਦੇ ਵਿੱਚ ਮਸਲਾ ਇਹ ਆ ਕਿ ਸਫਾਈ ਇਸ ਦੇਸ਼ ਦੇ ਵਿੱਚ ਹੋ ਨਹੀਂ ਰਹੀ ਤੇ ਬਹੁਤ ਕਚਰਾ ਭਰਿਆ ਪਿਆ। ਆ ਜਿਹੜਾ ਖਾਸ ਤੌਰ ਤੇ ਬੈਂਕਿੰਗ ਸੈਕਟਰ ਆ ਇਹਦੇ ਵਿੱਚ ਤੇ ਬਹੁਤ ਜ਼ਿਆਦਾ ਕਚਰਾ ਭਰਿਆ ਪਿਆ, ਗੰਦਾ ਕਚਰਾ। ਜ਼ਰੂਰਤ ਹੈ ਕਿ ਕਚਰਾ ਹੁਣ ਸਾਫ਼ ਕੀਤਾ ਜਾਵੇ, ਔਰ ਸਭ ਤੋਂ ਪਹਿਲਾਂ ਇਹ ਨਿਸ਼ਾਨਦੇਹੀ ਹੋਣੀ ਚਾਹੀਦੀ ਕਿ ਕਚਰਾ ਹੈ ਕਿੱਥੇ ਕਿੱਥੇ ਆ। ਮਿੰਟੂ ਜੀ ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਸ਼੍ਰੀ ਦੇਵੀ ਦੀ ਮੌਤ ਦੇ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਆ, ਹਾਰਟ ਅਟੈਕ ਨਾਲ ਨਹੀਂ ਸ਼ਰਾਬ ਪੀ ਕੇ ਡੁੱਬਣ ਨਾਲ ਹੋਈ ਮੌਤ। ਦੇਖੋ ਕੱਲ ਤੱਕ ਸਾਡੇ ਮੀਡੀਆ ਦੇ ਵਿੱਚ ਇੱਕੋ ਇੱਕ ਸੁਰਖੀ ਚੱਲਦੀ ਪਈ ਸੀ ਕਿ ਚਾਂਦਨੀ ਦੇ ਗਈ ਸਦਮਾ, ਕਿਉਂਕਿ ਚਾਂਦਨੀ ਵੀ ਬਹੁਤ ਤਗੜੀ ਹਿੱਟ ਫਿਲਮ ਸੀ ਉਹਦੀ, ਔਰ ਸਦਮਾ ਤੇ ਬਹੁਤ ਕਲਾਸ ਫਿਲਮ ਸੀਗੀ ਸਦਮਾ। ਸੋ ਇਹ ਇੱਕ ਸਰਲੇਖ ਬਣਿਆ ਔਰ ਬੜਾ ਟੈਗਲਾਈਨ ਬਣ ਗਈ ਇਸ ਘਟਨਾ ਨਾਲ ਜੁੜੀ। ਬਾਅਦ ਦੇ ਵਿੱਚ ਹੋਇਆ ਕੀ ਹੈ ਕਿ ਅੱਜ ਮੈਂ ਤੇ ਕਹੂੰਗਾ ਕਿ ਜਿਵੇਂ ਚਾਂਦਨੀ ਦੇਵੀ ਸਦਮਾ, ਤਾਂ ਅੱਜ ਕਿਹਾ ਜਾਣਾ ਚਾਹੀਦਾ ਕਿ ਚਾਂਦਨੀ ਦੇਵੀ ਸਸਪੈਂਸ। ਸੋ ਇਹ ਮਾਮਲਾ ਸਾਰਾ ਜਿਹੜਾ ਉਹ ਸਸਪੈਂਸ ਵਾਲਾ ਬਣ ਗਿਆ। ਕਿਉਂ? ਕਿਉਂਕਿ ਦੇਖੋ ਪਹਿਲਾਂ ਇਹ ਖ਼ਬਰ ਆਈ ਕਿ ਹਾਰਟ ਅਟੈਕ ਹੋਇਆ, ਉਹਦੀ ਮੌਤ ਹੋ ਗਈ, ਸੋਸ਼ਲ ਮੀਡੀਆ ਵੀ ਗਮ ਚ ਡੁੱਬ ਗਿਆ। ਦੂਸਰਾ ਮੀਡੀਆ ਤੇ ਤੁਹਾਨੂੰ ਪਤਾ ਉਹ ਤੇ ਇੱਦਾਂ ਦੀ ਖ਼ਬਰ ਲੱਭਦਾ ਰਹਿੰਦਾ, ਉਹਨੇ ਤੇ ਭੋਗ ਤੱਕ ਪੱਕਾ ਠੇਕਾ ਮਾਰ ਲਿਆ ਸੀਗਾ ਕਿ ਖ਼ਬਰ ਚਲਾਈ ਜਾਣੀ ਹੈ। ਅਚਾਨਕ ਗਲਫ ਨਿਊਜ਼ ਦੀ ਆ ਜਿਹੜੀ ਬਹੁਤ ਤਗੜੀ ਏਜੰਸੀ ਉਹਨਾਂ ਦੀ ਉਧਰਲੇ ਖਾੜੀ ਦੇਸ਼ਾਂ ਦੀ, ਉਹ ਗਲਫ ਨਿਊਜ਼ ਨੇ ਇਹ ਖੁਲਾਸਾ ਕੀਤਾ ਕਿ ਅਸਲ ਦੇ ਵਿੱਚ ਇਹ ਜਿਹੜੀ ਮੌਤ ਆ ਉਹ ਮੌਤ ਟੱਬ ਚ ਡੁੱਬਣ ਨਾਲ ਹੋਈ ਆ, ਔਰ ਜਿਸ ਸਮੇਂ ਸ਼੍ਰੀ ਦੇਵੀ ਦੀ ਮੌਤ ਹੋਈ ਆ ਉਸ ਸਮੇਂ ਉਹਨੇ ਸ਼ਰਾਬ ਵੀ ਪੀਤੀ ਸੀ, ਔਰ ਅਜਿਹੀ ਪੁਸ਼ਟੀ ਆ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਚ ਹੋਈ ਆ। ਇਸ ਤੋਂ ਬਾਅਦ ਹੋਰ ਵੀ ਜਿੱਦਾਂ ਖਲੀਲ ਟਾਈਮਸ ਵਗੈਰਾ ਜਿਹੜੀ ਬਹੁਤ ਤਗੜੇ ਉੱਥੋਂ ਦੇ ਮੀਡੀਆ ਹਾਊਸ ਹੈ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ। ਤਾਂ ਜਦੋਂ ਇਹ ਗੱਲ ਇੱਧਰ ਆਈ ਤਾਂ ਇੱਥੇ ਫਿਰ ਤਰਥੱਲੀ ਮਚਣੀ ਸੁਭਾਵਿਕ ਸੀਗੀ। ਤਾਂ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਅੱਜ ਦੁਪਹਿਰ ਤੱਕ ਇਹਦੀ ਲਾਸ਼ ਇੱਥੇ ਪਹੁੰਚ ਜਾਊਗੀ, ਪਰ ਬਾਅਦ ਦੇ ਵਿੱਚ ਦੱਸਦੇ ਆ ਕਿ ਉਹਨਾਂ ਨੇ ਇਹ ਰੋਕ ਲਿਆ, ਇਹ ਸਾਰਾ ਜਿਹੜਾ ਪ੍ਰਕਰਨ ਸੀ ਰੋਕ ਲਿਆ, ਔਰ ਉਹਨਾਂ ਨੇ ਇੱਕ ਸਰਕਾਰੀ ਵਕੀਲ ਜਿਹੜਾ ਸੀਗਾ ਉਹ ਨਿਰਧਾਰਿਤ ਕਰ ਦਿੱਤਾ, ਉਹ ਤੈਨਾਤ ਕਰ ਦਿੱਤਾ, ਉਹ ਸਾਰਾ ਕੁਛ ਵੇਖੇਗਾ। ਹੁਣ ਉੱਥੇ ਇਨਵੈਸਟੀਗੇਸ਼ਨ ਚੱਲ ਪਈ ਆ। ਹਾਲਾਂਕਿ ਕੁਛ ਸੂਤਰੇ ਗੱਲ ਕਹਿੰਦੇ ਆ ਕਿ ਦੇਖੋ ਜੀ ਬੋਨੀ ਕਪੂਰ ਦੇ ਉਹਨਾਂ ਨੇ ਬਿਆਨ ਦਰਜ ਕਰਾਉਣੇ, ਵੈਸੇ ਕੁਛ ਮੀਡੀਆ ਸੂਤਰੇ ਵੀ ਕਹਿੰਦੇ ਆ ਕਿ ਬਿਆਨ ਦਰਜ ਹੋ ਗਏ ਆ, 2-3 ਘੰਟੇ ਬਿਆਨ ਨਹੀਂ ਦਰਜ ਹੋਏ, ਕੱਲੀ ਪੁੱਛਗਿੱਛ ਵੀ ਹੋਈ ਆ ਨਾਲ। ਸੋ ਪਹਿਲਾਂ ਇਹ ਖ਼ਬਰ ਆ ਰਹੀ ਸੀਗੀ ਕਿ ਸਭ ਕੁਛ ਠੀਕ ਹੋ ਜਾਣਾ, ਫਿਰ ਕਹਿੰਦੇ ਪੁੱਛਗਿੱਛ ਹੋਊਗੀ, ਹੁਣ ਇਹ ਖ਼ਬਰ ਆ ਰਹੀ ਹੈ ਕਿ 3 ਘੰਟੇ ਬੋਨੀ ਕਪੂਰ ਜਿਹੜਾ ਉਹਦਾ ਹਸਬੈਂਡ ਹੈ ਉਹਦੇ ਤੋਂ ਵੀ ਪੁੱਛਗਿੱਛ ਹੋਈ ਆ, ਕਿਉਂਕਿ ਉਸ ਕਮਰੇ ਦੇ ਵਿੱਚ ਉਹ ਸੀਗਾ ਜਦੋਂ ਮੌਤ ਹੋਈ ਆ। ਸੋ ਇਹ ਸਾਰੀਆਂ ਚੀਜ਼ਾਂ ਆਪਣੀ ਥਾਂ ਤੇ ਆ, ਸਸਪੈਂਸ ਇਸ ਕਰਕੇ ਵੀ ਆ ਕਿਉਂਕਿ ਦੇਖੋ ਇਹ ਸ਼੍ਰੀ ਦੇਵੀ ਜਿਹੜੀ ਸੀਗੀ ਉਹ ਉੱਥੇ ਗਈ ਸੀ ਇੱਕ ਸ਼ਾਦੀ ਸਮਾਰੋਹ ਚ ਹਿੱਸਾ ਲੈਣ, ਉਸ ਸਮਾਗਮ ਚ ਹਿੱਸਾ ਲੈ ਕੇ ਇਹ ਆਪਣੇ ਹੋਟਲ ਚ ਆ ਗਈ। ਇਹਦੀ ਬੇਟੀ ਔਰ ਇਹਦਾ ਘਰ ਵਾਲਾ ਜਿਹੜਾ ਉਹ ਮੁੰਬਈ ਆ ਗਏ, ਫਿਰ ਇਹਦੇ ਘਰ ਵਾਲੇ ਦੇ ਮਨ ਚ ਪਤਾ ਨੀ ਕੀ ਆਉਂਦਾ, ਇਹ ਅਚਾਨਕ ਉਹਨੂੰ ਸਰਪ੍ਰਾਈਜ਼ ਦੇਣ ਚਲੇ ਜਾਂਦਾ, ਫਿਰ ਵਾਪਸ ਦੁਬਈ, ਔਰ ਜਾ ਕੇ ਕਹਿੰਦਾ ਕਿ ਮੈਂ ਤੈਨੂੰ ਡਿਨਰ ਤੇ ਲੈ ਕੇ ਜਾਣਾ, ਤਿਆਰ ਹੋ। ਉਹ ਤਿਆਰ ਹੋਣ ਜਾਂਦੀ ਆ, ਕਹਾਣੀ ਦੇ ਮੁਤਾਬਕ ਦੱਸਦੀ ਆ ਕਿ 20 ਮਿੰਟ ਉਹ ਵਾਸ਼ਰੂਮ ਚੋਂ ਬਾਹਰ ਨਹੀਂ ਆਉਂਦੀ, ਉਸ ਤੋਂ ਬਾਅਦ ਕੁੰਡਾ ਖੜਕਾਇਆ ਜਾਂਦਾ, ਖੋਲਿਆ ਜਾਂਦਾ ਤਾਂ ਜ਼ਬਰਦਸਤੀ ਕੁੰਡਾ ਖੋਲ ਕੇ ਅੰਦਰ ਜਾਇਆ ਜਾਂਦਾ, ਵੇਖਿਆ ਜਾਂਦਾ ਕਿ ਸ਼੍ਰੀ ਦੇਵੀ ਮਰੀ ਪਈ ਆ। ਇਹ ਕਹਾਣੀ ਹੈ ਹੁਣ ਤੱਕ ਦੀ। ਪਰ ਇਹਦੇ ਵਿੱਚ ਹੁਣ ਦੇਖੋ ਨਾ ਇੱਕ ਬੜੀ ਚੀਜ਼ ਜਿਹੜੀ ਰੜਕਦੀ ਹੈ, ਇੱਕ ਤੇ ਇਹ ਆ ਕਿ ਇਹ ਮੌਤ ਦੱਸਦੀ ਹੈ ਕਿ 6:15 ਹੋਈ ਆ, ਪਰ ਜਿਹੜੀ ਅਧਿਕਾਰਤ ਸੂਚਨਾ ਦਿੱਤੀ ਗਈ ਆ ਉਹ 9 ਵਜੇ ਦਿੱਤੀ ਗਈ ਆ। ਪਹਿਲਾ ਸਵਾਲ ਜਿਹੜਾ ਇਹ ਸਭ ਤੋਂ ਵੱਡਾ ਖੜਾ ਹੁੰਦਾ, ਔਰ ਇਹਦੇ ਬਾਰੇ ਫਸਟ ਪੋਸਟ ਨੇ ਵੀ ਲਿਖਿਆ। ਔਰ ਮੇਰੇ ਲਈ ਸਭ ਤੋਂ ਮਹੱਤਵਪੂਰਨ ਸਵਾਲ ਇਹ ਆ ਕਿ ਦੇਖੋ ਜੇ ਉਹਦੀ ਮੌਤ ਹਾਰਟ ਅਟੈਕ ਦੇ ਨਾਲ ਨਹੀਂ ਹੋਈ, ਟੱਬ ਚ ਡੁੱਬਣ ਨਾਲ ਹੋਈ, ਕਿਉਂਕਿ ਕਿਹਾ ਜਾਂਦਾ ਕਿ ਉੱਥੇ ਗਈ ਲੜਖੜਾ ਕੇ ਡਿੱਗ ਪਈ ਬਸ ਟੱਬ ਦੇ ਵਿੱਚ, ਉਹ ਡੁੱਬ ਕੇ ਮਰ ਗਈ। ਪਹਿਲੀ ਗੱਲ ਇਹ ਤੇ ਮੰਨਣ ਚ ਹੀ ਨਹੀਂ ਆਉਂਦਾ ਕਿ ਐਡੀ ਜਵਾਨ ਬੀਬੀ ਔਰ ਇੰਨੀ ਥੋੜੀ ਉਮਰ ਦੇ ਵਿੱਚ ਇਸ ਤਰ੍ਹਾਂ ਡੁੱਬ ਕੇ ਮਰ ਜੂਗੀ, ਕਿਉਂਕਿ ਜੇ ਜ਼ਿਆਦਾ ਸ਼ਰਾਬ ਪੀਤੀ ਹੁੰਦੀ ਫਿਰ ਉਹਨੇ ਤਿਆਰ ਹੀ ਨਹੀਂ ਸੀ ਹੋਣਾ, ਤਿਆਰ ਹੋਣ ਜੋਗਾ ਹੀ ਨਹੀਂ ਸੀ ਹੋਣਾ ਉਹਨੇ। ਤੇ ਜੇ ਉਹਨੇ ਇੰਨੀ ਕੁ ਸ਼ਰਾਬ ਪੀਤੀ ਸੀਗੀ, ਜੇ ਮੰਨ ਲਓ ਪੀਤੀ ਵੀ ਹੋਵੇ ਜਿੱਦਾਂ ਰਿਪੋਰਟਾਂ ਕਹਿੰਦੀਆਂ, ਤਾਂ ਉਹਦਾ ਡੁੱਬਣਾ ਕੋਈ ਰੌਲਾ ਕੋਈ ਸ਼ੋਰ ਸ਼ਰਾਬਾ, ਉਸ ਕਮਰੇ ਦੇ ਵਿੱਚ ਦੂਸਰੇ ਬੰਦੇ ਦਾ ਮੌਜੂਦ ਹੋਣਾ ਉਹਦਾ ਪਤਾ ਹੀ ਨਾ ਲੱਗਣਾ, ਇਹ ਆਪਣੇ ਆਪ ਦੇ ਵਿੱਚ ਇੱਕ ਭੇਤ ਬਣ ਗਿਆ। ਔਰ ਦੂਜੀ ਚੀਜ਼ ਜਿਹੜੀ ਮੇਰੇ ਲਈ ਬਹੁਤ ਜ਼ਿਆਦਾ ਵੱਡਾ ਗੁੰਝਲਦਾਰ ਸਵਾਲ ਬਣੀ ਖਲੋਤੀ ਆ, ਉਹ ਇਹ ਆ ਕਿ ਦੇਖੋ ਜੇ ਸ਼੍ਰੀ ਦੇਵੀ ਹਾਰਟ ਅਟੈਕ ਦੇ ਨਾਲ ਨਹੀਂ ਸੀ ਮਰੀ ਤਾਂ ਇਹ ਖ਼ਬਰ ਕਿਵੇਂ ਫੈਲਾਈ?
ਔਰ ਇਹ ਖਬਰ ਜਿਹੜੀ ਇੰਨੇ ਘੰਟੇ ਤੱਕ ਚੱਲਦੀ ਰਹੀ, ਕਿਸੇ ਨੇ ਇਹਦਾ ਖੰਡਨ ਕਿਉਂ ਨਹੀਂ ਕੀਤਾ? ਸੋ ਸਭ ਤੋਂ ਵੱਡਾ ਪਹਿਲੂ ਇਸ ਮਾਮਲੇ ਦਾ ਇਹੋ ਹੀ ਬਣਦਾ ਹੈ ਕਿ ਇਹ ਖਬਰ ਆਖਰ ਫੈਲਾਈ ਕਿਵੇਂ, ਕਿਉਂਕਿ ਜਦੋਂ ਮੌਤ ਹੋਈ ਆ ਉਹਦੀ, ਉਹ ਦੋਵੇਂ ਜੀ ਉਸ ਕਮਰੇ ਦੇ ਵਿੱਚ ਸੀਗੇ, ਤਾਂ ਉਹ ਖਬਰ ਕਿਵੇਂ ਫੈਲਾਈ, ਫਿਰ ਖਬਰ ਚਲਾਈ ਕਿਵੇਂ, ਔਰ ਇਸ ਤੋਂ ਬਾਅਦ ਖਬਰ ਦਾ ਖੰਡਨ ਕਿਉਂ ਨਹੀਂ ਹੋਇਆ? ਕਿਉਂਕਿ ਇਹ ਸਾਰਾ ਕੁਛ ਖੰਡਨ ਤੇ ਜਾ ਕੇ ਫਿਰ ਮੁੜ ਕੇ ਗਲਫ ਨਿਊਜ਼ ਵੱਲੋਂ ਕੀਤਾ ਗਿਆ ਨਾ ਕਿ ਏਦਾਂ ਮੌਤ ਨਹੀਂ ਹੋਈ, ਮੌਤ ਏਦਾਂ ਹੋਈ ਆ। ਸੋ ਇਹ ਸਾਰੇ ਜਿਹੜੇ ਸਵਾਲ ਆ, ਓਦਾਂ ਤੁਹਾਨੂੰ ਪਤਾ ਹੀ ਆ ਕਿ ਜਦੋਂ ਇਸ ਤਰ੍ਹਾਂ ਦੀਆਂ ਮੌਤਾਂ ਹੁੰਦੀਆਂ, ਚਾਹੇ ਉਹ ਜੀਆ ਖਾਨ ਦੀ ਮੌਤ ਹੋਵੇ, ਕੁੜੀ ਮਰੀ ਸੀ ਉਹਦਾ ਵੀ ਭੇਤ ਜਿਉਂਦਾ ਤਿਉਂ ਹੀ ਆ, ਫਿਰ ਇੱਕ ਕੁੜੀ ਦਿਵਿਆ ਭਾਰਤੀ ਸੀ ਉਹ ਮਰੀ ਸੀ ਉਹਦਾ ਭੇਤ ਵੀ ਜਿਉਂਦਾ ਤਿਉਂ ਆ। ਇਹ ਜਦੋਂ ਸਤਾਰੇ ਇਸ ਤਰ੍ਹਾਂ ਟੁੱਟਦੇ ਆ, ਫਿਰ ਇਹਨਾਂ ਦੇ ਭੇਤ ਵੀ ਇਸੇ ਤਰ੍ਹਾਂ ਹੀ ਜਿਹੜੇ ਆ ਉਹ ਮਿੱਟੀ ਹੋ ਜਾਂਦੇ ਆ, ਉਹ ਬਾਅਦ ਦੇ ਵਿੱਚ ਨਿਕਲਦੇ ਨੀ। ਸੋ ਇਸ ਮੌਤ ਦਾ ਹੁਣ ਭੇਤ ਜਿਹੜਾ ਹੈ ਉਹ ਨਿਕਲੂਗਾ ਜਾਂ ਨਹੀਂ ਨਿਕਲੂਗਾ, ਕੁਛ ਨੀ ਕਿਹਾ ਜਾ ਸਕਦਾ। ਪਰ ਇੱਕ ਚੀਜ਼ ਜ਼ਰੂਰ ਆ ਕਿ ਦੁਬਈ ਪੁਲਿਸ ਜਿਹੜੀ ਆ ਉਹ ਇੰਡੀਆ ਵਾਲੀ ਪੁਲਿਸ ਨਹੀਂ ਹੈ, ਸ਼ਾਇਦ ਉਹਨਾਂ ਨੇ ਇਸੇ ਕਰਕੇ ਹੀ ਇੱਕ ਵਾਰੀ ਲਾਸ਼ ਜਿਹੜੀ ਆ ਉੱਥੇ ਰੋਕ ਲਈ ਆ, ਕਿਉਂਕਿ ਲੱਗਦਾ ਉਹਨਾਂ ਨੂੰ ਕਿ ਅਸੀਂ ਸਾਰੀਆਂ ਚੀਜ਼ਾਂ ਕਲੀਅਰ ਕਰਕੇ ਇੱਥੋਂ ਤੋਰੀਏ ਤਾਂ ਫਿਰ ਗੱਲ ਠੀਕ ਰਹੇਗੀ, ਤਾਂ ਕਿ ਕੱਲ ਨੂੰ ਕੋਈ ਗੱਲ ਸਾਨੂੰ ਨਾ ਦੇਣੀ ਆਵੇ। ਜੀ ਜੀ ਜੀ, ਅਗਲੀ ਗੱਲ ਕਰੀਏ, ਕਹਿੰਦੇ ਪੰਜਾਬ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਲਈ ਤਿਆਰੀਆਂ ਵਿੱਢੀਆਂ। ਦੇਖੋ ਤੁਹਾਨੂੰ ਪਤਾ ਹੀ ਆ ਕਿ ਇਹੋ ਹੀ ਇੱਕ ਸਹਾਰਾ ਹੋਣਾ, ਜਿਵੇਂ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਹੁੰਦਾ, ਤੇ ਜਦੋਂ ਬੰਦਾ ਨਹਿਰ ਦੇ ਵਿੱਚ ਵਹਾਅ ਦੇ ਵਿੱਚ ਰਿੜ ਪਵੇ ਤੇ ਫਿਰ ਘਾਹ ਦੀਆਂ ਤਿੜਾਂ ਨੂੰ ਵੀ ਹੱਥ ਪਾਉਂਦਾ ਕਿ ਕਿਸੇ ਘਾਹ ਦੀ ਤਿੜ ਨੂੰ ਵੀ ਹੱਥ ਪੈ ਜਾਵੇ ਤੇ ਇੱਕ ਵਾਰੀ ਮੈਂ ਕਿਨਾਰੇ ਲੱਗ ਜਾਵਾਂ। ਉਹ ਹਾਲ ਸਾਡੀ ਹੁਣ ਸਰਕਾਰ ਦਾ, ਕਿਉਂਕਿ ਇੱਕੋ ਇੱਕ ਆਸਰਾ ਹੁਣ ਰਹਿ ਗਿਆ ਜਿਹੜਾ ਆਬਕਾਰੀ ਤੋਂ ਪੈਸਾ ਆਉਣਾ, ਯਾਨੀ ਜਿਹੜੀ ਠੇਕਿਆਂ ਦੀ ਨਿਲਾਮੀ ਹੋਣੀ ਹੈਗਾ ਮਾਰਚ ਦੇ ਵਿੱਚ, ਇਹਦੇ ਤੋਂ ਜਿਹੜਾ ਪੈਸਾ ਹੋਊਗਾ ਉਹਦੇ ਨਾਲ ਇਹਨਾਂ ਨੂੰ ਥੋੜਾ ਜਿਹਾ ਸਾਹ ਆ ਜਾਣਾ। ਵੈਸੇ ਇਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਚ ਇੱਕ ਗੱਲ ਲਿਖੀ ਸੀਗੀ, ਉਸ ਗੱਲ ਤੋਂ ਜੇ ਭੱਜਣਗੇ ਤੇ ਬਿਲਕੁਲ ਹੀ ਨਕੰਮੇ ਸਾਬਤ ਹੋਣਗੇ। ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਸ਼ਰਾਬ ਦਾ ਕੋਟਾ ਘਟਾਵਾਂਗੇ। ਤੁਹਾਨੂੰ ਯਾਦ ਹੋਣਾ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਉਦੋਂ ਸ਼ਰਾਬ ਤੇ ਵੀ ਬੜੀ ਚਰਚਾ ਖੂਬ ਹੋਈ ਸੀਗੀ, ਕਿਉਂਕਿ ਸ਼ਰਾਬ ਦਾ ਕੋਟਾ ਲਗਾਤਾਰ ਵਧਾਈ ਜਾ ਰਹੇ ਸਨ। ਤੇ ਇੱਕ ਸਿਹਤ ਮੰਤਰੀ ਵੀ ਇਹੋ ਜਿਹਾ ਸਿਹਤਮੰਦ ਮਿਲਿਆ ਸੀਗਾ ਪੰਜਾਬ ਨੂੰ, ਉਹ ਕਹਿੰਦਾ ਕਿ ਸ਼ਰਾਬ ਪੀ ਲੈਣੀ ਚਾਹੀਦੀ ਹੈ, ਇਹਦੇ ਕਿਹੜਾ ਨਸ਼ਾ ਹੁੰਦਾ। ਤਾਂ ਉਦੋਂ ਬਾਅਦ ਬਹੁਤ ਵੱਡਾ ਚਰਚਾ ਹੋਇਆ ਸੀਗਾ, ਤਾਂ ਇਸੇ ਚਰਚੇ ਦੇ ਦਰਮਿਆਨ ਕਾਂਗਰਸ ਨੇ ਆਖਿਆ ਸੀਗਾ ਕਿ ਜੇ ਅਸੀਂ ਸੱਤਾ ਚ ਆ ਜਾਂਦੇ ਹਾਂ ਤੇ ਅਸੀਂ ਸ਼ਰਾਬ ਦਾ ਕੋਟਾ ਘੱਟ ਕਰਾਂਗੇ। ਉਹਦੇ ਪਿੱਛੇ ਇੱਕ ਕਾਰਨ ਇਹ ਵੀ ਸੀਗਾ ਕਿ ਕੇਰਲ ਨੂੰ ਪਛਾੜ ਕੇ ਪੰਜਾਬ ਇਸ ਦੇਸ਼ ਦਾ ਸਭ ਤੋਂ ਵੱਡਾ ਸ਼ਰਾਬੜ ਸੂਬਾ ਬਣ ਗਿਆ ਸੀਗਾ। ਸੋ ਇਹਨਾਂ ਨੇ ਆਪਣੇ ਮੈਨੀਫੈਸਟੋ ਚ ਵੀ ਇਹ ਵਾਅਦਾ ਕੀਤਾ ਸੀਗਾ ਕਿ ਅਸੀਂ ਕੋਟਾ ਘੱਟ ਕਰਾਂਗੇ। ਹੁਣ ਰੱਟਾ ਇਹ ਆ ਕਿ ਜੇ ਇਹ ਕੋਟਾ ਘੱਟ ਕਰਦੇ ਆ ਫਿਰ ਇਹਨਾਂ ਦੀ ਇਨਕਮ ਡੁੱਬਣੀ ਹੈ, ਕਿਉਂਕਿ ਕੋਟਾ ਘਟਾਉਣਗੇ ਜ਼ਰਾ ਜੀ ਗੱਲ ਆ, ਇਸੇ ਰੇਟ ਤੇ ਜਦੋਂ ਸ਼ਰਾਬ ਵੇਚਣਗੇ ਫਿਰ ਜਿਹੜਾ ਇਹਨਾਂ ਦਾ ਮਾਲ ਵੀ ਆ ਉਹ ਪਿਛਲੇ ਸਾਲ ਨਾਲੋਂ ਵੀ ਘੱਟ ਜੂਗਾ। ਟਾਰਗੇਟ ਪਿਛਲੇ ਸਾਲ ਵੀ ਇਹਨਾਂ ਕੋਲੋਂ ਅਚੀਵ ਨਹੀਂ ਸੀ ਹੋਇਆ। ਸੋ ਇਸ ਵਾਰੀ ਇਹਨਾਂ ਨੇ ਕੀ ਕੀਤਾ, ਇਹ ਕਹਿੰਦੇ ਆ ਕਿ ਅਸੀਂ 5% ਕੋਟਾ ਘਟਾਵਾਂਗੇ। ਵੈਸੇ ਅਧਿਕਾਰਤ ਤੌਰ ਤੇ ਇਹਨਾਂ ਨੇ ਹਾਲੇ ਕੁਛ ਨਹੀਂ ਕਿਹਾ, ਹਾਲੇ ਇਹਨਾਂ ਨੇ ਪਰਦਾ ਨਹੀਂ ਚੁੱਕਿਆ, ਪਰ ਭਾਸਕਰ ਦੀ ਇੱਕ ਰਿਪੋਰਟ ਛਪੀ ਹੈ ਚੰਡੀਗੜ੍ਹ ਤੋਂ, ਉਹਨਾਂ ਨੇ ਸਾਰਾ ਕੁਛ ਜਿਹੜਾ ਕੱਢ ਕੇ ਲਿਆਂਦਾ। ਉਹ ਕਹਿੰਦੇ ਆ ਕਿ ਜੇ ਉਹ ਇਹ ਇਸ ਸਮੇਂ ਫਾਰਮੈਟ ਬਣਾ ਰਹੇ ਆ ਇਸ ਨਵੀਂ ਪਾਲਿਸੀ ਦਾ, ਉਹਦੇ ਵਿੱਚ ਇਹ ਆ ਕਿ ਕੋਟਾ 5% ਘਟਾਉਣਾ ਇਹਨਾਂ ਨੇ, ਜਦਕਿ ਜਿਹੜਾ ਰੇਟ ਆ ਰੇਟ, ਕਿਉਂਕਿ ਮਾਲੀਆ ਰਿਕਵਰ ਕਰਨਾ ਤਾਂ ਉਹ ਰਿਕਵਰੀ ਜਿਹੜੀ ਹੋਏਗੀ ਉਹ 20% ਦੀ ਰੇਟ ਦੀ ਇਨਕਰੀਜ਼ਮੈਂਟ ਚੋਂ ਨਿਕਲੇਗੀ। ਮਤਲਬ ਕਿ ਰੇਟ 20% ਸ਼ਰਾਬ ਦਾ ਵਧਾਇਆ ਜਾਊਗਾ, ਕੋਟਾ ਜਿਹੜਾ ਉਹ 5% ਘਟਾਇਆ ਜਾਊਗਾ। ਮਤਲਬ ਇਹ ਆ ਕਿ ਸੱਪ ਵੀ ਮਰ ਜਾਵੇ ਤੇ ਸੋਟਾ ਵੀ ਵੱਜ ਜਾਵੇ, ਵਾਲਾ ਵੀ ਪੁੱਗ ਜਾਵੇ ਤੇ ਮਾਲੀਆ ਜਿਹੜਾ ਪੈਸਾ ਜਿਹੜਾ ਉਹ ਵੀ ਬਰੋਬਰ ਅਸੀਂ ਇਕੱਠਾ ਕਰ ਲਈਏ। ਸੋ ਇਸ ਤਰ੍ਹਾਂ ਦੀ ਪਾਲਿਸੀ ਸਾਹਮਣੇ ਆ ਰਹੀ ਹੈ। ਦੂਸਰਾ ਹੋਰ ਵੀ ਆ ਕਿ ਇਹਨਾਂ ਨੇ ਇੱਕ ਟੀਚਾ ਜਿਹੜਾ ਇਸ ਵਾਰੀ ਜਿਹੜਾ ਰੱਖਿਆ ਉਹ ਮੇਰੇ ਖਿਆਲ ਦੇ ਨਾਲ 5600 crore ਦਾ ਰੱਖਿਆ ਕਿ ਇਸ ਵਾਰੀ ਅਸੀਂ 5600 crore ਰੁਪਇਆ ਜਿਹੜਾ ਉਹ ਲੈਣਾ ਵਾ, ਇਕੱਠਾ ਕਰਨਾ ਵਾ। ਪਿਛਲੀ ਵਾਰੀ ਤੇ ਇਹ ਟੀਚੇ ਤੋਂ ਖੁੰਝ ਕੇ ਸਨ, ਐਤਕੀ ਦੇਖੋ ਇਹ ਟੀਚਾ ਜਿਹੜਾ ਹਾਸਲ ਕਰਦੇ ਆ ਜਾਂ ਨਹੀਂ ਕਰਦੇ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਅੱਗੇ ਵੀ ਇੱਥੇ ਸ਼ਰਾਬ ਦੇ ਭਾਅ ਜਿਹੜੇ ਤੇਜ ਨੇ, ਜੇ 20% ਹੋਰ ਇਨਕਰੀਜ਼ ਹੁੰਦੇ ਆ ਤੇ ਫਿਰ ਰਾਜਕਰਮਵੀਰ ਸਿੰਘ ਜੀ ਇੱਥੇ ਇੱਕ ਹੋਰ ਸਮੱਸਿਆ ਆਏਗੀ, ਕਿਉਂਕਿ ਸਾਡਾ ਪੰਜਾਬ ਦਾ ਸੂਬਾ ਇਹੋ ਜਿਹਾ ਸੂਬਾ ਜਿਹੜਾ ਰਾਜਸਥਾਨ ਨਾਲ ਵੀ ਲੱਗਦਾ, ਹਰਿਆਣੇ ਨਾਲ ਵੀ ਲੱਗਦਾ, ਚੰਡੀਗੜ੍ਹ ਨਾਲ ਵੀ ਲੱਗਦਾ, ਤੇ ਸ਼ਰਾਬੀ ਇਹਨਾਂ ਤਿੰਨਾਂ ਸੂਬਿਆਂ ਦੇ ਵਿੱਚ ਜਾਣ ਤੇ ਉਹਨਾਂ ਨੂੰ ਮੌਜ ਬਣ ਜਾਂਦੀ ਹੈ, ਕਿਉਂਕਿ ਇਹਨਾਂ ਤਿੰਨਾਂ ਸੂਬਿਆਂ ਚ ਪੰਜਾਬ ਦੇ ਮੁਕਾਬਲੇ ਸ਼ਰਾਬ ਬੜੀ ਸਸਤੀ ਹੈ। ਤਾਂ ਜਦੋਂ 20% ਰੇਟ ਹੋਰ ਵੱਧ ਗਏ
ਯਾਨੀ ਇਹ ਪਰਸੈਂਟੇਜ ਇੱਕ ਅਖਬਾਰ ਦੀ ਦਿੱਤੀ ਹੋਈ ਆ, ਮੰਨ ਲਓ 15 ਵੀ ਵੱਧ ਜਾਂਦੇ ਆ, ਤਾਂ ਉਹ ਜਿਹੜੀ ਬੋਤਲ 250-300 ਦੀ ਆ ਉਹ ਹੋਰ 10-15 ਰੁਪਈਏ ਵੱਧ ਜਾਊਗੀ। ਤਾਂ ਇਹਦਾ ਮਤਲਬ ਇਹ ਆ ਕਿ ਜਿਹੜੇ ਸ਼ਰਾਬੀ ਆ ਉਹ ਫਿਰ ਦੂਸਰੇ ਰਾਜਾਂ ਤੋਂ ਜਿਹੜੀ ਸਮਗਲ ਹੋ ਕੇ ਆਉਂਦੀ ਹੈ ਸ਼ਰਾਬ, ਉਹਦੇ ਵੱਲ ਖਿੱਚੇ ਜਾਣਗੇ। ਔਰ ਜਿਹੜੀ ਸਮਗਲਿੰਗ ਪਹਿਲਾਂ ਹੁੰਦੀ ਆ ਬਠਿੰਡੇ ਜ਼ਿਲ੍ਹੇ ਚ ਬਹੁਤ ਵੱਡੀ ਪੱਧਰ ਤੇ ਸ਼ਰਾਬ ਆਉਂਦੀ ਆ, ਅਬੋਹਰ ਇਲਾਕੇ ਚ ਆਉਂਦੀ ਆ, ਅਬੋਹਰ ਦਾ ਸ਼ਰਾਬ ਮਾਫੀਆ ਤੇ ਮਸ਼ਹੂਰ ਆ, ਚੰਡੀਗੜ੍ਹੋਂ ਬਹੁਤ ਸ਼ਰਾਬ ਇੱਧਰ ਨੂੰ ਸਪਲਾਈ ਹੁੰਦੀ ਆ, ਮਤਲਬ ਕਿ ਉਹ ਸਪਲਾਈ ਵੱਧ ਜਾਏਗੀ। ਤਾਂ ਜਦੋਂ ਉਹ ਸਪਲਾਈ ਵਧੂਗੀ, ਲੋਕਾਂ ਨੇ ਤਾਂ ਸਸਤੀ ਸ਼ਰਾਬ ਲੈਣੀ ਆ, ਹੁਣ ਜਦੋਂ ਉਹ ਸਪਲਾਈ ਵਧੂਗੀ ਤਾਂ ਫਿਰ ਜਿਹੜਾ ਇਹਨਾਂ ਦਾ ਮਾਲ ਹੀ ਹੈ ਉਹ ਨੁਕਸਾਨਿਆ ਜਾਊਗਾ, ਯਾਨੀ ਠੇਕੇਦਾਰ ਵੀ ਮਾਂਜੇ ਜਾਣਗੇ, ਸਰਕਾਰ ਵੀ ਮਾਂਜ ਜਾਊਗੀ। ਉਹ ਇਹਦੇ ਸੋਚ ਸਮਝ ਕੇ ਚੱਲਣ ਵਾਲੀ ਗੱਲ ਆ। ਹੁਣ ਦੇਖਦੇ ਹਾਂ ਬਚ ਬਚਾ ਕੇ ਕਿਸ ਰਸਤੇ ਥਾਣੀ ਨਿਕਲਦੇ ਆ। ਕਾਫੀ ਵੱਡਾ ਇਮਤਿਹਾਨ ਹੈ ਵੈਸੇ ਐਕਸਾਈਜ਼ ਪਾਲਿਸੀ ਦਾ, ਉਹਦਾ ਇੱਕ ਵਾਅਦਾ ਇਹਨਾਂ ਨੇ ਇਹ ਵੀ ਕੀਤਾ ਸੀਗਾ, ਨਵਜੋਤ ਸਿੱਧੂ ਨੇ ਇੱਕ ਵਾਰੀ ਕਿਹਾ ਸੀਗਾ ਕਿ ਜੇ ਅਸੀਂ ਸੱਤਾ ਚ ਆ ਗਏ ਤੇ ਅਸੀਂ ਤਮਿਲਨਾਡੂ ਵਾਲਾ ਮਾਡਲ ਲੈ ਕੇ ਆਵਾਂਗੇ। ਹੁਣ ਤਮਿਲਨਾਡੂ ਵਾਲਾ ਮਾਡਲ ਇਹ ਆ ਕਿ ਉਹ ਸ਼ਰਾਬ ਦਾ ਸਾਰਾ ਕਾਰੋਬਾਰ ਸਰਕਾਰੀ ਤੌਰ ਤੇ ਕਰਦੇ ਆ, ਔਰ ਉਹਨਾਂ ਦੀ ਖਪਤ ਸਾਡੇ ਨਾਲੋਂ ਘੱਟ ਆ, ਜਦਕਿ ਆਮਦਨ ਜਿਹੜੀ ਆ ਉਹ 7-5 ਗੁਣਾ ਜ਼ਿਆਦੀ ਆ। ਸੋ ਉਹ ਫਾਰਮੈਟ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਹਾਲੇ ਅਖਤਿਆਰ ਨਹੀਂ ਕਰਨਾ, ਹਾਲੇ ਇਹਨਾਂ ਨੇ ਆਪਣੇ ਆਪ ਨੂੰ ਉਧਰ ਨਹੀਂ ਤੋਰਨਾ। ਦੂਜੇ ਪਾਸੇ ਇਹਨਾਂ ਨੇ ਵਿੱਚੋਂ ਜੇ ਇਹ ਵੀ ਸ਼ੋਸ਼ਾ ਛੱਡਿਆ ਸੀਗਾ ਕਿ ਜਿਹੜੀ ਮੋਨੋਪੋਲੀ ਆ ਵੱਡੇ ਘਰਾਂ ਦੀ ਮੋਨੋਪੋਲੀ ਆ ਸ਼ਰਾਬ ਦੇ ਕਾਰੋਬਾਰਾਂ ਤੇ, ਆ ਜਿਹੜੇ L1 L2 ਲਾਇਸੈਂਸ ਦਿੰਦੇ ਆ, ਤਾਂ ਇਹ ਜਿਹੜੇ ਲਾਇਸੈਂਸ ਆ ਇਹ ਵੀ ਅਸੀਂ ਮੋਨੋਪੋਲੀ ਤੋੜ ਕੇ ਦਿਆ ਕਰਾਂਗੇ। ਸੋ ਉਧਰਲੇ ਪਾਸੇ ਵੀ ਹੁਣ ਇਹ ਆਉਣਗੇ ਜਾਂ ਨਹੀਂ ਆਉਣਗੇ, ਇਹ ਕਾਫੀ ਸਵਾਲ ਆ ਜਿਹੜੇ ਹਾਲੇ ਗੁੱਝੇ ਆ। ਬਹਰਹਾਲ ਸ਼ਰਾਬ ਦੇ ਰੇਟਾਂ ਨੂੰ ਲੈ ਕੇ ਵੀ ਇੱਕ ਭੰਬਲ ਭੁਸ ਆ ਕਿ ਜੇ ਰੇਟ ਵੱਧਦੇ ਆ ਤਾਂ ਫਿਰ ਜਿਹੜੀ ਸ਼ਰਾਬ ਦੀ ਸਮਗਲਿੰਗ ਆ ਉਹ ਕਿਵੇਂ ਰੋਕਣਗੇ, ਉਹ ਇੱਕ ਬਹੁਤ ਵੱਡਾ ਚੈਲੰਜ ਹੋਏਗਾ ਇਹਨਾਂ ਦਾ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਹਾਈ ਕੋਰਟ ਨੇ ਜਿਹੜਾ ਜੀ ਹੁਕਮ ਦਿੱਤੇ ਆ ਵੀ ਸੈਕਸ ਐਜੂਕੇਸ਼ਨ ਸਕੂਲਾਂ ਦੇ ਵਿੱਚ ਸ਼ਾਮਲ ਕਰੋ। ਦੇਖੋ ਪਹਿਲੀ ਗੱਲ ਤੇ ਆ ਕਿ ਚੰਗੀ ਪਹਿਲ ਕਰਨੀ ਆ, ਪਰ ਦੂਜੀ ਗੱਲ ਇਹ ਆ ਕਿ ਇਹ ਬੜੀ ਮਾੜੀ ਗੱਲ ਆ ਕਿ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਆ ਉਹ ਅਦਾਲਤਾਂ ਕਰਦੀਆਂ ਪਈਆਂ। ਇਹ ਕੰਮ ਸਰਕਾਰਾਂ ਦੇ ਸਨ, ਸਰਕਾਰ ਆਪਣੇ ਆਪ ਕਰੇ ਤਾਂ ਅਸੀਂ ਵੀ ਕਹੀਏ ਕਿ ਹਾਂ ਭਾਈ ਸੋਭਾ ਕਰਨੀ ਚਾਹੀਦੀ ਇਹਨਾਂ ਦੀ। ਸੋ ਅਦਾਲਤਾਂ ਕਰਵਾ ਰਹੀਆਂ ਜਾਂ ਅਦਾਲਤਾਂ ਕਰ ਰਹੀਆਂ ਨੇ, ਅਸਲ ਦੇ ਵਿੱਚ ਕੀ ਸੀਗਾ ਕਿ ਇੱਕ ਬੱਚੀ ਦੇ ਨਾਲ ਜਬਰ ਜਨਾਹ ਹੋਇਆ ਸੀਗਾ, ਉਸ ਤੋਂ ਬਾਅਦ ਉਹ ਗਰਭਵਤੀ ਹੋ ਗਈ ਸੀਗੀ। ਤਾਂ ਇਹ ਮਾਮਲਾ ਸੀਗਾ ਹਾਈਕੋਰਟ ਦੇ ਵਿਚਾਰ ਅਧੀਨ। ਹਾਈਕੋਰਟ ਨੇ ਫਿਰ ਇਸ ਮਸਲੇ ਤੇ ਗੰਭੀਰਤਾ ਨਾਲ ਕੰਮ ਕਰਦਿਆਂ ਹੁਕਮ ਦਿੱਤਾ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਚ ਸੈਕਸ ਐਜੂਕੇਸ਼ਨ ਜਿਹੜੀ ਆ ਸਕੂਲੀ ਸਿਲੇਬਸ ਦੇ ਵਿੱਚ ਐਡ ਕੀਤੀ ਜਾਵੇ, ਸ਼ਾਮਲ ਕੀਤੀ ਜਾਵੇ। ਵੈਸੇ ਇਹਨਾਂ ਨੇ ਪਿਛਲੇ ਸਾਲ ਡਰੱਗ ਤੇ ਵੀ ਹੁਕਮ ਦਿੱਤੇ ਸਨ ਕਿ ਡਰੱਗ ਐਜੂਕੇਸ਼ਨ ਜਿਹੜੀ ਆ ਉਹ ਵੀ ਲਾਜ਼ਮੀ ਕੀਤੀ ਜਾਵੇ। ਇਨਵਾਇਰਮੈਂਟ ਤੇ ਪਹਿਲਾਂ ਹੀ ਕੰਮ ਹੋ ਚੁੱਕਾ, ਸਕੂਲੀ ਸਿਲੇਬਸ ਚ ਉਹ ਵੀ ਸ਼ਾਮਲ ਕੀਤਾ ਗਿਆ। ਹੁਣ ਸਭ ਤੋਂ ਵੱਡਾ ਸਵਾਲ ਇਹ ਆ ਕਿ ਕੋਰਟਾਂ ਠੀਕ ਕਰਦੀਆਂ ਨੇ, ਅਦਾਲਤਾਂ ਆਪਣੇ ਪੱਧਰ ਤੇ ਠੀਕ ਕੰਮ ਕਰਦੀਆਂ, ਔਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਤੇ ਥੋੜੇ ਚਿਰਾਂ ਦਾ ਜੇ ਅਸੀਂ ਰਿਕਾਰਡ ਦੇਖੀਏ ਇਹਨਾਂ ਦਾ ਕੰਮ ਤੇ ਵਾਕਈ ਆਲੇ ਦਰਜੇ ਦਾ। ਪਰ ਸਭ ਤੋਂ ਵੱਡਾ ਨਕੰਮਾਪਣ ਤੇ ਸਾਨੂੰ ਥੱਲੇ ਵੇਖਣ ਨੂੰ ਮਿਲਦਾ ਨਾ, ਕਿਉਂਕਿ ਜਦੋਂ ਇਹਨਾਂ ਨੇ ਕਿਹਾ ਸੀਗਾ ਕਿ ਡਰੱਗ ਵਾਲਾ ਸਿਲੇਬਸ ਜਿਹੜਾ ਸ਼ਾਮਲ ਕਰੋ, ਤਾਂ ਅੱਜ ਤੱਕ ਤੁਸੀਂ ਦੇਖੋਗੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਕਿ ਡਰੱਗ ਦੀ ਸਮੱਸਿਆ ਨਾਲ ਬਹੁਤ ਪੂਰੀ ਤਰ੍ਹਾਂ ਜੂਝਦਾ ਪਿਆ, ਪੂਰੀ ਤਰ੍ਹਾਂ ਉਹ ਸਕੂਲੀ ਸਿਲੇਬਸ ਲਾਗੂ ਨਹੀਂ ਹੋ ਸਕਿਆ ਪੰਜਾਬ ਵਰਗੇ ਸੂਬੇ ਚ, ਹਰਿਆਣੇ ਨੇ ਤੇ ਕਰਨਾ ਹੀ ਕੀ ਆ। ਸੋ ਇਹੀ ਹਾਲ ਇਨਵਾਇਰਮੈਂਟ ਐਜੂਕੇਸ਼ਨ ਦਾ, ਜਿਹੜੀ ਵਾਤਾਵਰਨ ਵਾਲੀ ਐਜੂਕੇਸ਼ਨ ਆ ਉਹ ਵੀ ਇਸੇ ਤਰ੍ਹਾਂ ਹੀ ਦਮ ਤੋੜਦੀ ਪਈ ਹੈ। ਸੋ ਸੈਕਸ ਐਜੂਕੇਸ਼ਨ ਆ ਗਈ ਵਿੱਚ ਚੰਗੀ ਪਹਿਲਕਦਮੀ ਆ, ਪਰ ਸਭ ਤੋਂ ਵੱਡਾ ਫਿਰ ਉੱਥੇ ਸ਼ੰਕਾ ਖੜ ਜਾਣਾ ਜਾ ਕੇ ਕਿ ਇਹ ਜਿਹੜਾ ਹੁਕਮ ਹੋਇਆ ਇਹ ਅਮਲ ਚ ਕਦੋਂ ਤਬਦੀਲ ਹੋਊਗਾ। ਇਹਨਾਂ ਨੇ ਵੈਸੇ ਦਿੱਤੀਆਂ ਨੇ ਇਹਨਾਂ ਨੂੰ ਹਦਾਇਤਾਂ, ਗਾਈਡਲਾਈਨ ਵੀ ਜਾਰੀ ਕੀਤੀ ਹੈ ਕਿ 2018-19 ਦੇ ਸੈਸ਼ਨ ਦੇ ਵਿੱਚ ਇਹ ਸਾਰਾ ਤੁਸੀਂ ਮਾਡਲ ਜਿਹੜਾ ਉਹ ਲਾਓਗੇ। ਔਰ ਦੂਜੀ ਚੀਜ਼ ਇਹ ਆ ਕਿ ਅਧਿਆਪਕਾਂ ਦੀ ਪਹਿਲਾਂ ਚੋਣ ਕਰੋਗੇ ਕਿ ਕਿਹੜਾ ਅਧਿਆਪਕ ਸਕੂਲ ਦੇ ਵਿੱਚ ਇਸ ਤਰ੍ਹਾਂ ਦੀ ਐਜੂਕੇਸ਼ਨ ਪ੍ਰੋਵਾਈਡ ਕਰਾ ਸਕਦਾ, ਔਰ ਦੂਸਰਾ ਇਹ ਆ ਕਿ ਫਿਰ ਉਹਨੂੰ ਟ੍ਰੇਨ ਕਿੱਦਾਂ ਕਰਾਉਣਾ। ਤੇ ਇਹਨਾਂ ਨੂੰ ਨਾਲ ਹੁਕਮ ਦਿੱਤਾ ਕਿ ਜਨਵਰੀ 2018 ਯਾਨੀ ਅਗਲੇ ਸਾਲ ਦੀ ਜਨਵਰੀ ਤੱਕ ਇਹ ਸਾਰਾ ਕੁਛ ਤੁਸੀਂ ਕਰ ਲੈਣਾ। ਸੋ ਇਹ ਹੁਣ ਇਹਨਾਂ ਨੂੰ ਹਦਾਇਤਾਂ ਹੋਈਆਂ ਨੇ ਕਿ ਜਨਵਰੀ 2000 ਮਿੰਟੂ ਜੀ ਲਾਈਨ ਦੀ ਜਿਹੜੀ ਹੈ ਜੀ ਪ੍ਰੋਬਲਮ ਚੱਲ ਰਹੀ ਹੈ ਤੇ ਮਿਲਾ ਦਾ ਮੈਂ ਜੀ ਮਿੰਟੂ ਜੀ ਹੁਣ ਤੁਹਾਡੀ ਆਵਾਜ਼ ਆਉਣੀ ਵਿੱਚ ਬੰਦ ਹੋ ਗਈ ਸੀਗੀ।
ਹਾਂਜੀ, ਮੈਂ ਕਹਿ ਰਿਹਾ ਸੀਗਾ ਕਿ ਦੇਖੋ ਇਹਨਾਂ ਨੂੰ ਹਦਾਇਤਾਂ ਹੋਈਆਂ ਨੇ ਕਿ ਜਨਵਰੀ 2018 ਤੱਕ ਅਧਿਆਪਕਾਂ ਦੀ ਤੁਸੀਂ ਟ੍ਰੇਨਿੰਗ ਪੂਰੀ ਕਰੋ। ਪਹਿਲਾਂ ਅਧਿਆਪਕ ਆਪਣੇ ਸਕੂਲਾਂ ਦੇ ਵਿੱਚੋਂ ਸਿਲੈਕਟ ਕਰੋ ਕਿ ਕਿਹੜਾ ਅਧਿਆਪਕ ਸੈਕਸ ਐਜੂਕੇਸ਼ਨ ਲਈ ਪਰਫੈਕਟ ਹੈ, ਜੋ ਪ੍ਰੋਵਾਈਡ ਕਰਾ ਸਕਦਾ ਸਟੂਡੈਂਟਸ ਨੂੰ। ਉਸ ਤੋਂ ਬਾਅਦ ਜਨਵਰੀ 2018 ਤੱਕ ਉਹਨਾਂ ਦੀ ਮੁਕੰਮਲ ਟ੍ਰੇਨਿੰਗ ਕਰੋ ਔਰ 18-19 ਦੇ ਸੈਸ਼ਨ ਦੇ ਵਿੱਚ ਇਹ ਜਿਹੜਾ ਸੈਕਸ ਐਜੂਕੇਸ਼ਨ ਵਾਲਾ ਫੰਡ ਹੈ ਇਹਨੂੰ ਲਾਗੂ ਕਰ ਦਿਓ। ਪਰ ਫਿਰ ਗੱਲ ਉੱਥੇ ਦੀ ਉੱਥੇ ਖੜ ਜਾਂਦੀ ਹੈ ਕਿ ਅੱਗੇ ਜਿੱਦਾਂ ਹੋਇਆ ਡਰੱਗ ਵਾਲਾ ਸਿਲੇਬਸ ਜਾਂ ਇਨਵਾਇਰਮੈਂਟਲ ਵਾਲਾ ਸਿਲੇਬਸ, ਇਹ ਸਾਰੀਆਂ ਚੀਜ਼ਾਂ ਜਿਵੇਂ ਅੱਗੇ ਲਾਗੂ ਨਹੀਂ ਹੋ ਪਈਆਂ, ਕੀ ਇਹਦਾ ਵੀ ਉਹੋ ਹੀ ਹਸ਼ਰ ਹੋਊਗਾ ਜਾਂ ਫਿਰ ਇਹ ਕਾਮਯਾਬੀ ਨਾਲ ਲਾਗੂ ਕੀਤੀ ਜਾਊਗੀ। ਉੱਦਾਂ ਮੈਂ ਸਮਝਦਾ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਸਰਕਾਰਾਂ ਨੂੰ ਆਪ ਹੀ ਕਰ ਲੈਣੀਆਂ ਚਾਹੀਦੀਆਂ। ਸਾਡੇ ਤੇ ਇੱਥੇ ਟ੍ਰੈਫਿਕ ਦੀ ਐਜੂਕੇਸ਼ਨ ਵੀ ਚਾਹੀਦੀ ਹੈ ਸਕੂਲਾਂ ਚ, ਕਿਉਂਕਿ ਇੱਥੇ ਲਾਇਸੈਂਸ ਤੁਹਾਡੇ ਵਾਲੇ ਸਿਸਟਮ ਵਾਂਗੂ ਤੇ ਬਣਦੇ ਨਹੀਂ ਗੇ। ਕਾਗਜ਼ੀ ਖਾਨਾ ਪੂਰਤੀ ਕਰਨੀ ਆ, ਉਹ ਕਹਿੰਦਾ ਜੀ ਇੰਨੇ ਪੈਸੇ ਲੱਗਣੇ ਲਾਇਸੈਂਸ ਤੇ, ਤੇ ਅਗਲਾ ਕਹੇ ਜੇ ਭਕਾਈ ਨਾ ਕਰਨੀ ਹੋਵੇ ਤੇ ਫਿਰ ਉਹ ਕਹਿੰਦਾ ਕਿ ਭਕਾਈ ਤੁਹਾਡੀ ਥਾਂ ਤੇ ਮੈਂ ਕਰ ਲੂ, ਇੰਨੇ ਦੇ ਦਿਓ। ਉਹ ਜਿਵੇਂ ਕਿਸੇ ਨੂੰ ਫੜ ਲਿਆ ਸੀ ਨਾ ਥਾਣੇ ਦੇ ਵਿੱਚ, ਤੇ ਉਹ ਕਹਿੰਦਾ ਜੇ ਪਟਿਆਂ ਤੋਂ ਬਚਣਾ ਤੇ 500 ਲੱਗੂਗਾ, ਤੇ ਪਟੇ ਅਸੀਂ ਕੰਧ ਮਾਰੀ ਚੱਲਾਂਗੇ ਤੇ ਤੂੰ ਕੱਲੀਆਂ ਚੀਕਾਂ ਮਾਰੀ ਚੱਲੀ। ਤੇ ਉਹ ਕਹਿੰਦਾ ਇੱਕ ਨਾਲ ਹੋਰ ਖੜਾ ਸੀ, ਕਹਿੰਦਾ ਜੇ 200 ਵੱਧ ਦੇ ਦੇਗਾ ਤੇ ਚੀਕਾਂ ਵੀ ਸਾਡਾ ਬੰਦਾ ਮਾਰੀ ਚੱਲੂਗਾ। ਇਸ ਤਰ੍ਹਾਂ ਉਹ ਕਰਦੇ ਆ, ਉਹ ਵੀ ਕਹਿੰਦੇ ਕਿ ਪਕਾਈ ਅਸੀਂ ਕਰ ਲਾਂਗੇ, ਕੋਈ ਗੱਲ ਨਹੀਂ, ਐਕਸਟਰਾ ਦੇ ਦਿਓ, ਲਾਇਸੈਂਸ ਤੁਹਾਡੇ ਖੜੇ ਆਜੂਗਾ। ਤਾਂ ਉਹ ਜਿਹੜੇ ਬੰਦੇ ਇਸ ਤਰ੍ਹਾਂ ਕਰਦੇ, ਫਿਰ ਉਹ 7 ਸਾਲ ਦੀ ਉਮਰ ਚ ਟਰੈਕਟਰ ਚਲਾਉਣਾ ਸ਼ੁਰੂ ਕਰ ਦਿੰਦੇ ਤੇ 70 ਸਾਲ ਦੀ ਉਮਰ ਤੱਕ ਉਹ ਟਰੱਕ ਵੀ ਚਲਾਉਂਦੇ ਆ। ਤੇ ਉਹਨਾਂ ਨੂੰ ਇਹ ਨੀ ਪਤਾ ਲੱਗਦਾ ਕਿ ਪੈਦਲ ਜਾਣ ਵਾਲੇ ਲਈ ਪਗਡੰਡੀ ਕਿਹੜੀ ਆ ਤੇ ਯੂ ਟਰਨ ਕੀ ਮਾਰਨਾ, ਯੂ ਟਰਨ ਕਦੋਂ ਮਾਰਨਾ, ਕਿੱਥੇ ਮਾਰਨਾ। ਤਾਂ ਉਹ ਫਿਰ ਜਿੱਥੇ ਜੀ ਕਰਦਾ ਉੱਥੇ ਮਾਰ ਕੇ ਕਹਿੰਦੇ ਯੂ ਨੀ, ਅਸੀਂ ਯੂ ਟਰਨ ਮਾਰਨਾ ਕਿੱਥੇ ਆ। ਸੋ ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਸਿੱਖਿਆ ਜਿਹੜੀ ਟ੍ਰੈਫਿਕ ਐਜੂਕੇਸ਼ਨ ਜਿਹੜੀ ਉਹ ਵੀ ਲਾਜ਼ਮੀ ਕਰਨੀ ਚਾਹੀਦੀ ਹੈ ਸਕੂਲਾਂ ਦੇ ਵਿੱਚ। ਬਹੁਤ ਕੁਛ ਕਰਨ ਵਾਲਾ, ਪਰ ਹੌਲੀ 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 ਇਹ ਕੀਤਾ ਜਾ ਸਕਦਾ, ਕੀਤਾ ਤਾਂ ਜਾ ਸਕਦਾ ਜੇ ਇਹਨਾਂ ਨੇ ਨਿਸ਼ਠਾ ਕਰਕੇ ਧਾਰੀ ਹੋਵੇ ਕਿ ਅਸੀਂ ਇਹ ਕਰਨਾ। ਪਰ ਤੁਸੀਂ ਵੇਖ ਲਓ ਕਿ ਇਹ ਨਹੀਂ ਕਰ ਰਹੇ, ਅਦਾਲਤਾਂ ਇਹਨਾਂ ਤੋਂ ਜ਼ਬਰਦਸਤੀ ਕਰਵਾ ਰਹੀਆਂ, ਤਾਂ ਧੱਕੇ ਦੀ ਖੀਰ ਤੁਹਾਨੂੰ ਪਤਾ ਹੀ ਯਾਰ, ਉਹ ਮਜ਼ਾ ਨਹੀਂ ਦਿੰਦੀ। ਜੇ ਖੁਸ਼ੀ ਦਾ ਲੱਡੂ ਹੋਵੇ ਨਾ ਉਹ ਮਜ਼ਾ ਜ਼ਿਆਦਾ ਦਿੰਦਾ, ਜੇ ਖੁਸ਼ੀ ਨਾਲ ਕੰਮ ਕਰਨ ਤਾਂ ਫਿਰ ਮੇਰੇ ਖਿਆਲ ਨਾਲ ਬਿਹਤਰ ਨਤੀਜੇ ਆ ਸਕਦੇ ਆ। ਜੀ ਜੀ, ਤੇ ਜਾਂਦੇ ਜਾਂਦੇ ਜੇ ਆਪਾਂ ਮਿੰਟੂ ਜੀ ਗੱਲ ਕਰ ਲਈਏ ਵੀ ਪੰਜਾਬ ਪ੍ਰਦੂਸ਼ਣ ਬੋਰਡ ਨੇ ਛੱਪਣਾ ਦੇ ਮਾਮਲੇ ਦੇ ਵਿੱਚ ਨਵਾਂ ਫੈਸਲਾ ਲਿਆ ਆ। ਨਵੇਂ ਫੈਸਲੇ ਆ ਰਹੇ ਆ। ਵੈਸੇ ਪੰਜਾਬ ਦਾ ਜਿਹੜਾ ਇਹ ਪ੍ਰਦੂਸ਼ਣ ਰੋਕਥਾਮ ਬੋਰਡ ਆ, ਇਹਦੇ ਜਦੋਂ ਦੇ ਚੇਅਰਮੈਨ ਬਣੇ ਆ ਕਾਂਤ ਸਿੰਘ ਪੰਨੂ ਸਾਹਿਬ ਪੈਂਦੇ ਤੇ ਬੜੀ ਝਵੀ ਲੈ ਕੇ ਆ, ਕਦੇ ਉਧਰ ਕਦੇ ਉਧਰ, ਪਰ ਗੱਲ ਬਣਦੀ ਨੀ। ਦੇਖੋ ਪਹਿਲਾਂ ਹਾਰਨ ਵਾਲੇ ਪਾਸੇ ਹੋਏ ਸੀਗੇ, 2-4 ਦਿਨ 10 ਦਿਨ ਮੁਹਿੰਮ ਚੱਲੀ, ਉਸ ਤੋਂ ਬਾਅਦ ਉਹੀ ਕਈ ਉਹੀ ਕੁਹਾੜਾ ਸਭ ਕੁਛ ਚੱਲੀ ਜਾਂਦਾ। ਉਸ ਤੋਂ ਬਾਅਦ ਫਿਰ ਆਇਆ ਵਾਰੀ ਫੈਕਟਰੀਆਂ ਵਾਲੀ ਕਿ ਜਿਹੜੇ ਬੋਰਵੈਲ ਦੇ ਰਾਹੀਂ ਪਾਣੀ ਅੰਦਰ ਭੇਜਦੇ ਆ ਧਰਤੀ ਦੇ, ਉਹਨਾਂ ਨੂੰ ਫੜਿਆ ਜਾਊਗਾ। ਉਹ ਮਸਲਾ ਵੀ ਉੱਥੇ ਦਾ ਉੱਥੇ ਹੀ ਆ, ਕੱਖ ਨਹੀਂ, ਕੋਈ ਰਿਸਪੋਂਸ ਵਧੀਆ ਨਹੀਂ ਮਿਲਿਆ। ਆਪਾਂ ਉਦੋਂ ਹੀ ਸਵਾਲ ਖੜਾ ਕੀਤਾ ਸੀਗਾ ਕਿ ਅਪ੍ਰਤੱਖ ਰੂਪ ਦੇ ਵਿੱਚ ਤੁਸੀਂ ਚੋਰੀ ਫੜਨ ਤੁਰੇ ਹੋ, ਤਾਂ ਜਿਹੜਾ ਪ੍ਰਤੱਖ ਰੂਪ ਦੇ ਵਿੱਚ ਪਾਣੀ ਗੰਧਲਾ ਕੀਤਾ ਜਾਂਦਾ, ਗੰਦਾ ਕੀਤਾ ਜਾਂਦਾ, ਜਿੱਦਾਂ ਗਰਕੀਆਂ ਬਣੀਆਂ ਨੇ ਜਾਂ ਦਰਿਆਵਾਂ ਦਾ ਪਾਣੀ ਜਿਹੜਾ ਉਹ ਰਸਾਇਣ ਯੁਕਤ ਕੀਤਾ ਜਾਂਦਾ, ਉੱਥੇ ਸੁੱਟ ਸੁੱਟ ਕੇ ਜਾਂ ਸੀਵਰੇਜ ਸਿੱਧੇ ਉੱਥੇ ਪਾਏ ਜਾਂਦੇ ਆ ਦਰਿਆਵਾਂ ਚ ਨਹਿਰਾਂ ਚ, ਇਹ ਜਿਹੜੇ ਪ੍ਰਤੱਖ ਰੂਪ ਚ ਪਾਣੀ ਗੰਦੇ ਕੀਤੇ ਜਾਂਦੇ, ਪਹਿਲਾਂ ਇਹਨਾਂ ਨੂੰ ਰੋਕ ਲਓ, ਅਪ੍ਰਤੱਖ ਰੂਪ ਦੇ ਵਿੱਚ ਜਿਹੜੀਆਂ ਚੋਰੀਆਂ ਬਾਅਦ ਚ ਰੋਕ ਲਿਓ। ਸੋ ਹੁਣ ਇਹਨਾਂ ਨੇ ਇੱਕ ਨਵਾਂ ਆਪਣਾ ਏਜੰਡਾ ਤੈਅ ਕੀਤਾ, ਉਹ ਇਹ ਆ ਕਿ ਅਸੀਂ ਹਰੇਕ ਬਲਾਕ ਦੇ ਵਿੱਚ 2-2 ਪਿੰਡ ਜਿਹੜੇ ਆ ਉਹ ਮਾਡਲ ਪਿੰਡ ਬਣਾਵਾਂਗੇ, ਔਰ ਮਾਡਲ ਪਿੰਡ ਉਹ ਹੋਣਗੇ ਜਿਹਨਾਂ ਦੇ ਵਿੱਚ ਆ ਛੱਪੜ ਦਾ ਪਾਣੀ ਹੈ ਜਿਹੜਾ ਉਹ ਟ੍ਰੀਟ ਹੋਇਆ ਕਰੇਗਾ, ਯਾਨੀ ਅਸੀਂ ਟ੍ਰੀਟਮੈਂਟ ਸਿਸਟਮ ਲਾ ਦੇਵਾਂਗੇ, ਉਹ ਜਿਹੜਾ ਸੋਧਿਆ ਪਾਣੀ ਹੋਊਗਾ ਉਹਨੂੰ ਖੇਤੀ ਲਈ ਜਾਂ ਵਰਤ ਲਿਆ ਕਰਨਗੇ ਲੋਕ। ਸੋ ਇਸ ਤਰ੍ਹਾਂ ਦਾ ਫਾਰਮੈਟ ਲੈ ਕੇ ਆਉਂਦੇ ਪਏ ਆ, ਔਰ ਇਹਦੇ ਵਿੱਚ ਹੁਣ ਇਹਨਾਂ ਨੇ ਪੰਚਾਇਤ ਵਿਭਾਗ ਤੋਂ ਸਹਿਯੋਗ ਦੀ ਮੰਗ ਕੀਤੀ ਆ, ਕਹਿੰਦੇ ਕਿ ਤੁਸੀਂ ਸਾਨੂੰ ਸਹਿਯੋਗ ਕਰੋ, ਅਸੀਂ 2-2 ਪਿੰਡ ਇਸ ਤਰ੍ਹਾਂ ਦੇ ਬਣਾ ਦਿਆਂਗੇ। ਅੱਗੇ ਫਿਰ ਉਹ ਜਿਵੇਂ ਆਪਾਂ ਦੀਵਾਲੀ 'ਚ ਇੱਕ ਦੀਵਾ ਜਗਾ ਕੇ ਮੁੜ ਕੇ ਸਾਰੇ ਦੀਵੇ ਜਗਾਈ ਜਾਂਦੇ ਆ, ਤਾਂ ਉਹ ਕਹਿੰਦੇ ਆ ਕਿ ਅਸੀਂ ਇਸ ਤਰ੍ਹਾਂ ਦੇ 2-2 ਪਿੰਡ ਇੱਕ ਬਲਾਕ ਨੂੰ ਦੇ ਦਿਆਂਗੇ, ਫਿਰ ਉਹ ਮਾਰਗ ਦਰਸ਼ਨ ਕਰਨਗੇ ਤੇ ਦੂਸਰੇ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਉਹ ਅੱਗੇ ਉਹ ਲਿਖਿਆ ਜਾਊਗਾ, ਫਿਰ ਉਹਨੂੰ ਇੰਪਲੀਮੈਂਟ ਕਰ ਦਿੱਤਾ ਜਾਊਗਾ। ਤਾਂ ਮੈਂ ਸਮਝਦਾ ਕਿ ਚੰਗੀ ਕੋਸ਼ਿਸ਼ ਆ, ਚੰਗੀ ਪਹਿਲਕਦਮੀ ਆ, ਇਹ ਹੋਣਾ ਚਾਹੀਦਾ ਔਰ ਇਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਆ। ਪਰ ਫਿਰ ਮੈਂ ਜਿਵੇਂ ਅੱਗੇ ਕਿਹਾ ਕਿ ਇਹ ਇੱਕ ਟਾਸਕ ਤਾਂ ਮਿੱਥ ਲੈਂਦੇ ਆ, ਉਹ ਅਚੀਵ ਹੋਵੇ ਜਾਂ ਨਾ ਹੋਵੇ, ਉਦੋਂ ਅੱਗੇ ਫਿਰ ਇੱਕ ਟਾਸਕ ਮਿੱਥ ਲੈਂਦੇ ਆ।
ਤਾਂ ਮੇਰੇ ਖਿਆਲ ਦੇ ਨਾਲ ਸਭ ਤੋਂ ਪਹਿਲਾਂ ਇੱਕ ਅਚੀਵ ਕਰਕੇ ਦੂਸਰਾ ਫੇਰ ਮਿੱਥਣਾ ਚਾਹੀਦਾ ਟੀਚਾ। ਸੋ ਇਹ ਨਹੀਂ ਹੈ ਕਿ ਇੱਕ ਟੀਚੇ ਵੱਲ ਗਏ ਅੱਧ ਚੋ ਫੇਰ ਖਿਸਕ ਕੇ ਰਿਸਕ ਕੇ ਦੂਸਰੇ ਪਾਸੇ ਹੋ ਗਏ। ਓਦਾਂ ਜੇ ਕਰਨਾ ਹੋਵੇ ਤੇ ਬਹੁਤ ਕੁਛ ਕੀਤਾ ਜਾ ਸਕਦਾ। ਆ ਸਾਡੇ ਇਲਾਕੇ ਚ ਮਾਲਵੇ ਚ ਪੂਰੇ ਮਾਲਵੇ ਚ ਤੁਸੀਂ ਦੇਖੋਗੇ ਤੇ ਸ਼ਾਮਲਾਤ ਜ਼ਮੀਨਾਂ ਬਹੁਤ ਪਈਆਂ ਨੇ, ਬਹੁਤ ਪੰਚਾਇਤੀ ਜ਼ਮੀਨਾਂ ਨੇ, ਬੜੇ ਖੁੱਲੇ ਖਾਤੇ ਆ। ਤਾਂ ਇੱਥੇ ਰੁੱਖ ਲਾਏ ਜਾ ਸਕਦੇ ਆ, ਜਾਂ ਝਿਰੀਆਂ ਬਣਾਈਆਂ ਜਾ ਸਕਦੀਆਂ, ਜਾਂ ਛੋਟੀਆਂ ਛੋਟੀਆਂ ਡਿੱਗੀਆਂ ਬਣਾ ਕੇ ਪਾਣੀ ਖਿਲਾਰ ਕੇ ਧਰਤੀ ਨੂੰ ਰੀਚਾਰਜ ਕੀਤਾ ਜਾ ਸਕਦਾ। ਆ ਸਾਡੇ ਇੱਥੇ ਸਭ ਤੋਂ ਵੱਡੀ ਜ਼ਰੂਰਤ ਇਹ ਆ ਕਿ ਆ ਜਿਹੜਾ ਬਾਰਿਸ਼ ਦਾ ਅਸੀਂ ਇਹਨੂੰ ਧਰਤੀ ਦੇ ਰੀਚਾਰਜ ਲਈ ਵਰਤ ਲਈਏ ਤੇ ਬਹੁਤ ਕੁਛ ਕੀਤਾ ਜਾ ਸਕਦਾ। ਯਾਨੀ ਸਾਡੇ ਕੋਲ ਕਰਨ ਲਈ ਬਹੁਤ ਕੁਛ ਹੈ ਪਰ ਕਰ ਨਹੀਂ ਪਾ ਰਹੇ। ਅਫਸੋਸ ਦੀ ਗੱਲ ਹੈ ਕਿ ਕਰ ਨਹੀਂ ਪਾ ਰਹੇ। ਸੋ ਸਰਕਾਰ ਆਪਣੇ ਪੱਧਰ ਤੇ ਚਾਹੇ ਔਰ ਸਮਾਜ ਆਪਣੇ ਪੱਧਰ ਤੇ ਚਾਹੇ ਤਾਂ ਦੋਨੇ ਹੀ ਰਲ ਮਿਲ ਕੇ ਬਹੁਤ ਕੁਛ ਕਰ ਸਕਦੇ ਆ। ਜ਼ਰੂਰਤ ਹੈ ਕੁਛ ਕਰਨ ਦੀ ਪਰ ਇਹ ਨਹੀਂ ਹੋਣਾ ਚਾਹੀਦਾ ਕਿ ਪ੍ਰੈਸ ਨੋਟ ਜਾਰੀ ਕਰ ਦਿੱਤਾ ਤੇ ਸਭ ਕੁਛ ਹੋ ਗਿਆ। ਜ਼ਰੂਰਤ ਹੈ ਧਰਾਤਲ ਤੇ ਵੀ ਕਰਕੇ ਵਿਖਾਉਣ ਦੀ। ਜੀ 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 ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤੇ ਇੱਥੇ ਹੀ ਜਿਹੜਾ ਜੀ ਆਪਾਂ ਜਿਹੜਾ ਜੀ ਇਜਾਜ਼ਤ ਲੈਂਦੇ ਹਾਂ, ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।